ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਗਸੈ ਬੇਪਰਵਾਹ ਨਾਨਕ ਵਿਗਸੈ ਬੇਪਰਵਾਹ। ਸ਼ੁਕਰੀਆ ਗੁਰੂ ਮਹਾਰਾਜ ਨੇ ਤਰਸ ਕੀਤਾ ਅਸੀਂ ਇਸ ਪਾਵਨ ਪੌੜੀ ਦਾ ਜਾਪ ਕਰ ਸਕੇ। ਬੀਤੇ ਵਿੱਚ ਆਪਾਂ ਮੁਸਲਸਲ ਦੋ ਸਤਰਾਂ ਵਿਚਾਰੀਆਂ, ਗਾਵੈ ਕੋ ਤਾਣ ਹੋਵੈ ਕਿਸੈ ਤਾਣ, ਗਾਵੈ ਕੋ ਦਾਤ ਜਾਣੈ ਨਿਸਾਨ। ਗਾਵੈ ਕੋ ਮੁੱਖ ਰੂਪ ਦੇ ਵਿੱਚ ਜਦੋਂ ਵੀ ਅਸੀਂ ਪੌੜੀ ਦੀ ਵਿਚਾਰ ਕਰਨੀ ਹੈ, ਜਿਹੜੀ ਉਹਦੇ 'ਚ ਮੇਨ ਕੋਨਸੈਪਟ ਨੇ ਪਹਿਲਾਂ ਉਹਦੀ ਗੱਲ ਹੋਏਗੀ। ਜਿਵੇਂ ਹੁਕਮ ਦੀ ਵਿਆਖਿਆ ਪਹਿਲਾਂ ਕੀਤੀ ਗਈ, ਫਿਰ ਅਸੀਂ ਹੁਕਮ ਦੀ ਪੌੜੀ ਦੀ ਵਿਵੇਚਨਾ ਕਰਨ ਦੀ, ਉਸ ਨੂੰ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕੀਤੀ। ਇਨ ਬਿਨ ਇਹਦੇ ਵਿੱਚ ਵੀ ਗਾਵੈ ਦਾ ਕੋਨਸੈਪਟ ਜੇ ਕਲੀਅਰ ਹੋ ਜਾਏ ਤਾਂ ਉਸ ਤੋਂ ਬਾਅਦ ਜਿਹੜਾ ਸਾਰਾ ਮਹਾਰਾਜ ਜੀ ਦਾ ਉਪਦੇਸ਼ ਆ ਉਹਦੇ ਨਾਲ ਤੁਸੀਂ ਆਪਣੀ ਸੁਰਤ ਦੀ ਐਸੋਸੀਏਸ਼ਨ ਈਜ਼ੀਲੀ ਬਿਲਡ ਕਰ ਸਕਦੇ ਹੋ। ਸੋ ਇਸ ਰੂਪ ਦੇ ਵਿੱਚ ਹੈ ਗਾਵੈ। ਬੀਤੇ ਕੱਲ੍ਹ ਵੀ ਬਾਤ ਕੀਤੀ, ਸਿਰਫ ਟੂਕ ਮਾਤਰ ਹੀ ਥੋੜ੍ਹੀ ਜਿਹੀ ਬੇਨਤੀ ਕਰ ਦੇਣਾ। ਗਾਵੈ ਦਾ ਮਤਲਬ ਟੂ ਸਿੰਗ, ਗਾਉਣਾ। ਜਿਵੇਂ ਆਪ ਜੀ ਨੂੰ ਸ਼ਾਇਦ ਪਤਾ ਹੋਏ, ਇੰਡੀਆ ਦੇ ਵਿੱਚ ਸੈਚਰਡੇ ਨੂੰ ਲਾਸਟ ਮੰਥ ਦਾ ਜਿਹੜਾ ਹੁੰਦਾ ਸੀਗਾ, ਉਦੋਂ ਉਹ ਬਾਲ ਸਭਾ ਲਾ ਕੇ ਅਤੇ ਬੱਚਿਆਂ ਨੂੰ ਖੜ੍ਹੇ ਕਰਦੇ, ਚਲੋ ਗਾਓ ਇੱਥੇ ਗਾਣੇ ਗਾਓ। ਅਤੇ ਸਾਡਾ ਬੜਾ ਇੱਕ ਕਲੈਵਰ ਟੀਚਰ ਹੁੰਦਾ ਸੀ, ਅਤੇ ਉਹਨੇ ਸਾਨੂੰ ਪੁੱਛਣਾ ਕਰਨਾ, ਓਏ ਤੈਨੂੰ ਗਾਣਾ ਨਹੀਂ ਆਉਂਦਾ ਕਿ ਗਾਣਾ ਨਹੀਂ ਆਉਂਦਾ? ਹੁਣ ਕੀ ਕਹੋਗੇ ਤੁਸੀਂ? ਉਹ ਕਿਸੇ ਨੇ ਕਹਿਣਾ ਜੀ ਗਾਣਾ ਨਹੀਂ ਆਉਂਦਾ, ਉਹ ਕਹਿੰਦੇ ਠੀਕ ਹੈ ਕਿਹੜਾ ਗਾਣਾ ਨਹੀਂ ਆਉਂਦਾ? ਕਹਿੰਦੇ ਜੀ ਗਾਣਾ ਕਿਹੜਾ? ਕਹਿੰਦੇ ਗਾਣਾ ਨਹੀਂ ਆਉਂਦਾ ਕਿ ਗਾਣਾ ਨਹੀਂ ਆਉਂਦਾ? ਮੇਨ ਤੈਨੂੰ ਗਾਣੇ ਵਾਲੇ ਵਰਡਸ ਨਹੀਂ ਆਉਂਦੇ ਕਿ ਗਾਣ ਦਾ ਢੰਗ ਨਹੀਂ ਆਉਂਦਾ? ਓਕੇ, ਬੱਚੇ ਨੇ ਕਹਿਤਾ ਮੈਨੂੰ ਜੀ ਗਾਣ ਵਾਲਾ ਜਿਹੜੇ ਨੇ ਲਫਜ਼ ਨਹੀਂ ਆਉਂਦੇ। ਕਹਿੰਦੇ ਡੋਂਟ ਵਰੀ, ਮੇਰੇ ਕੋਲ ਕਾਪੀ ਆ, ਫੜ ਗਾ ਫੜ। ਬੱਚਾ ਕਹਿੰਦਾ ਜੀ ਮੈਨੂੰ ਨਾ ਗਾਣ ਦਾ ਵੱਲ ਨਹੀਂ ਆਉਂਦਾ। ਕਹਿੰਦੇ ਕੋਈ ਗੱਲ ਨਹੀਂ, ਡੋਂਟ ਵਰੀ, ਤੂੰ ਨਾ ਵੱਲ ਦੀ ਲੋੜ ਨਹੀਂ ਹੈਗੀ, ਜਿਹੜਾ ਗਾਣਾ ਆਉਂਦਾ ਐਵੇਂ ਸੁਣਾ ਦੇ। ਮਤਲਬ ਤੁਸੀਂ ਕਿੱਥੇ ਜਾਓਗੇ ਇਸ ਰੂਪ ਦੇ ਵਿੱਚ? ਵੀ ਚਿੱਤ ਵੀ ਮੇਰਾ ਔਰ ਪੱਟ ਵੀ ਮੇਰਾ ਔਰ ਅੰਡਾ ਮੇਰੇ ਬਾਪ ਕਾ, ਮਤਲਬ ਸਾਰੀ ਬਾਜੀ ਸਾਡੇ ਹੱਥ 'ਚ। ਸੋ ਟੂਕ ਮਾਤਰੇ ਦੀ ਬੇਨਤੀ ਕਰ ਰਿਹਾ ਸੀ, ਗਾਇਨ ਕਰਨਾ, ਹਾਂ ਸਿੰਗ ਕਰਨਾ। ਬੀਤੇ ਕੱਲ੍ਹ ਬਾਤ ਹੋਈ, ਇਹ ਜ਼ਰੂਰੀ ਹੈ। ਇਹਦੇ ਨਾਲ ਇੱਕ ਤਾਂ ਤੁਸੀਂ ਜਿਹੜੇ ਮਿਊਜ਼ੀਕਲ ਇੰਸਟਰੂਮੈਂਟਸ ਨੇ ਉਹਨਾਂ ਨਾਲ ਸਾਂਝਾਂ ਪਾਉਂਦੇ ਹੋ। ਲਾਈਫ ਇਜ਼ ਜਸਟ ਐਨਰਜੀ, ਇਹ ਸਿਰਫ ਐਨਰਜੀ ਹੈ। ਜਿਵੇਂ ਜਿਵੇਂ ਸ਼ਬਦ ਦੀ ਵੇਚਨਾ ਕਰੇਗਾ, ਆਪਾਂ ਡਿਟੇਲ 'ਚ ਜਾਵਾਂਗੇ ਇਹਦੇ ਬਾਰੇ। ਇਸ ਐਨਰਜੀ ਨੂੰ ਕਿਤੇ ਨਾ ਕਿਤੇ ਤੁਸੀਂ ਆਕੂਪਾਈ ਕਰਨਾ। ਵੀ ਹੈਵ ਟੂ ਆਕੂਪਾਈ ਦਿਸ ਐਨਰਜੀ ਸਮਵੇਅਰ, ਐਂਡ ਵੇਅਰ ਐਵਰ ਵੀ ਗੋਨਾ ਆਕੂਪਾਈ ਦੈਟ ਆਕੂਪੇਸ਼ਨ, ਦੈਟ ਇਨਵੈਸਟਮੈਂਟ ਗੋਨਾ ਪ੍ਰੋਡਿਊਸ ਸਮ ਸੋਰਟ ਆਫ ਰਿਜ਼ਲਟਸ। ਉੱਥੋਂ ਕੁਝ ਨਾ ਕੁਝ ਸਿੱਟੇ ਨਿਕਲਣਗੇ, ਜਿਹੜੇ ਰਿਜ਼ਲਟਸ ਨਿਕਲਣਗੇ ਨਾ ਉਹ ਖੁਸ਼ੀ ਅਤੇ ਗਮੀ 'ਚ ਕਨਵਰਟ ਹੁੰਦੇ ਨੇ। ਉਹਨਾਂ ਦੀ ਇੰਟਰਪ੍ਰਿਟੇਸ਼ਨ ਹੈ ਖੁਸ਼ੀ ਅਤੇ ਗਮੀ। ਅਸੀਂ ਕੀ ਕਰਦੇ, ਅਸੀਂ ਉਸ ਖੁਸ਼ੀ ਗਮੀ ਦੇ ਜਿਹੜੇ ਉਹ ਰਿਜ਼ਲਟ ਸਿੱਟੇ ਨੇ ਉਹ ਬਦਲਣੇ ਚਾਹੁੰਦੇ, ਪਰ ਸਮਹਾਓ ਜਿਹੜੀ ਆ ਐਨਰਜੀ ਹੈ ਇਸ ਨੂੰ ਜਿੱਥੇ ਆਕੂਪਾਈ ਕਰ ਰਹੇ ਹਾਂ, ਇਨਵੈਸਟ ਕਰ ਰਹੇ ਹਾਂ, ਉਸ ਪਾਸੇ ਧਿਆਨ ਨਹੀਂ ਦਿੰਦੇ। ਸੋ ਬਹੁਤ ਛੋਟੀਆਂ ਛੋਟੀਆਂ ਚੀਜ਼ਾਂ ਨੇ ਜਿਨ੍ਹਾਂ 'ਚ ਆਪਾਂ ਨੂੰ ਧਿਆਨ ਦੇਣ ਦੀ ਲੋੜ ਆ। ਮੈਂ ਪਹਿਲੇ ਬੀਤੇ ਕੱਲ੍ਹ ਵੀ ਗੱਲ ਕੀਤੀ, ਇਹਨੂੰ ਆਕੂਪਾਈ ਕਰੋ ਵਜਾਉਣ 'ਚ, ਗਾਉਣ ਵਿੱਚ, ਇਹਦੇ 'ਚ ਕੀ ਵਜਾਓਗੇ, ਕੀ ਗਾਓਗੇ? ਕੂੜ ਵੀ ਗਾਇਆ ਜਾ ਸਕਦਾ ਆ। ਜਿਸ ਵਕਤ ਗੁਰੂ ਮਹਾਰਾਜ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਕਰ ਰਹੇ ਸੀਗੇ ਅਤੇ ਸੰਗੀਤ 'ਤੇ ਪਾਬੰਦੀ ਸੀ, ਯੂ ਮਾਈਟ ਬੀ ਅਵੇਅਰ ਅਬਾਊਟ ਇਟ, ਦੈਟ ਟਾਈਮ ਸੰਗੀਤ ਵਜਾਉਣਾ, ਸੰਗੀਤ ਸੁਣਨਾ, ਗਾਇਨ ਕਰਨਾ ਇਹ ਬਹੁਤ ਵੱਡਾ ਗੁਨਾਹ ਸੀਗਾ।
ਈਵਨ ਜਦੋਂ ਬਾਬਾ ਜੀ ਬਗਦਾਦ ਗਏ ਨਾ, ਅਤੇ ਜਿਹੜਾ ਗੁਰਦੁਆਰਾ ਸਾਹਿਬ ਜਿਹਨਾਂ ਲੋਕਾਂ ਨੇ ਸੱਜਣਾ ਨੇ ਕਿਤੇ ਦੇਖੇ ਹੋਣ, ਦਰਸ਼ਨ ਕੀਤੇ ਹੋਣ, ਬਿਕੋਜ਼ ਮੈਨੂੰ ਕੁਦਰਤੀ ਤੌਰ 'ਤੇ ਕਮਿਊਨਿਟੀ 'ਚ ਜ਼ਿਆਦਾ ਮੂਵ ਕਰਦੇ ਹਾਂ, ਇਸ ਕਰਕੇ ਇਹੋ ਜਿਹੇ ਰਿਸੋਰਸਿਸ ਜ਼ਿਆਦਾ ਮਿਲ ਜਾਂਦੇ ਸਾਨੂੰ, ਸਿਰਫ ਟੂਕ ਮਾਤਰੀ ਬੇਨਤੀ ਕਰ ਰਿਹਾ। ਜਿਹੜਾ ਗੁਰਦੁਆਰਾ ਹੈ ਬਗਦਾਦ ਦੇ ਵਿੱਚ, ਹੁਣ ਤਾਂ ਬੜੀ ਰੈਸਟਲੈਸ ਸਿਚੁਏਸ਼ਨ ਹੈ ਉੱਥੇ, ਇੱਕ ਤਰ੍ਹਾਂ ਦੀ ਕਹਿ ਲਓ ਕਿ ਸਿਵਲ ਵਾਰ ਚੱਲ ਰਹੀ ਹੈ ਲੰਬੇ ਸਮੇਂ ਤੋਂ, ਪਤਾ ਨਹੀਂ ਕੀ ਕੰਡੀਸ਼ਨ ਹੋਏਗੀ, ਪਰ ਜਿਨ੍ਹਾਂ ਨੇ ਉਹ ਗੁਰਦੁਆਰਾ ਸਾਹਿਬ ਬਣਾਇਆ ਇੱਕ ਛੋਟੀ ਜਿਹੀ ਜਗ੍ਹਾ ਤੋਂ, ਉਹਨਾਂ ਸੱਜਣਾ ਨਾਲ ਮੇਰੀ ਮੁਲਾਕਾਤ ਹੋਈ ਸੀ ਨਿਊਜ਼ੀਲੈਂਡ ਦੇ ਵਿੱਚ। ਦੇ ਵਰ ਬਾਏ ਪ੍ਰੋਫੈਸ਼ਨ ਇੰਜੀਨੀਅਰ ਐਂਡ ਕੰਟਰੈਕਟਰ, ਐਂਡ ਦੇਅਰ ਟਾਈਮ ਦੇ ਐਕਸਪਲੇਨਡ ਮੀ ਕਿ ਸੱਦਾਮ ਨੂੰ ਸਾਰੀ ਦੁਨੀਆ ਬਹੁਤ ਕੁਝ ਬਿਆਨ ਕਰਦੀ, ਪਰ ਅਸੀਂ ਸੱਦਾਮ ਨਾਲ ਕੰਮ ਕੀਤਾ, ਅਸੀਂ ਉੱਥੋਂ ਆਪਣੇ ਕੰਮ ਵੀ ਕਰਵਾਏ ਨੇ, ਅਸੀਂ ਗੁਰਦੁਆਰਾ ਸਾਹਿਬ ਦੀ ਉੱਥੇ ਇਮਾਰਤ ਵੀ ਉਸਰਵਾਈ ਸੀ ਉਸ ਸਮੇਂ, ਆ ਸਾਰਾ ਕੁਝ ਟੋਟਲ ਐਕਸਪਲੇਨ ਕੀਤਾ। ਉਹ ਜਗ੍ਹਾ ਜਿਹੜੀ ਹੈ ਉਹ ਦੱਸਦੇ ਕਿ ਮੜੀਆਂ ਦੇ ਵਿੱਚ ਉੱਥੇ ਸ਼ਮਸ਼ਾਨ ਘਾਟ ਹੈ ਜਿੱਥੇ ਤੋਂ, ਕਿਉਂਕਿ ਆਲੇ ਦੁਆਲੇ ਕਬਰਾਂ ਸੀਗੀਆਂ ਅਤੇ ਉਹ ਕਬਰਾਂ ਨੂੰ ਮੂਵ ਨਹੀਂ ਸੀ ਕਰਨ ਦਿੰਦੇ, ਅਤੇ ਉਸਨੇ ਜਦੋਂ ਜੁਮੇ ਦੀ ਛੁੱਟੀ ਹੁੰਦੀ ਅਤੇ ਉਸ ਦਿਨ ਉਹਨੇ ਕਿਹਾ ਵੀ ਜੁਮੇ ਦੀ ਛੁੱਟੀ ਹੈ, ਪਰ ਛੁੱਟੀ ਜੁਮੇ ਦੀ ਉਹ ਹੋਈ ਜਿਹਦੇ 'ਚ ਬਹੁਤ ਜ਼ਿਆਦਾ ਲੋਕ ਮਸਜਿਦ ਵਗੈਰਾ 'ਚ ਇਕੱਠਣ ਉਸ ਦਿਨ ਨਹੀਂ, ਛੁੱਟੀਆਂ ਛੁੱਟੀਆਂ ਜਦੋਂ ਛੁੱਟੀਆਂ ਹੁੰਦੀਆਂ ਜਦੋਂ ਲੋਕ ਘੱਟ ਵੱਧ ਮੂਵਮੈਂਟ ਹੁੰਦੀ, ਉਹਨਾਂ ਦਿਨਾਂ ਦੇ 'ਚ ਥੋੜ੍ਹਾ ਥੋੜ੍ਹਾ ਕਰਕੇ ਉਹਨੂੰ ਵਧਾਇਆ। ਫਿਰ ਬਾਅਦ ਦੇ ਵਿੱਚ ਕੁਛ ਕੰਪਲੇਨ ਕੀਤੀ, ਸਾਰਾ ਕੁਝ ਕਹਿੰਦੇ ਨਹੀਂ ਜੀ ਸੋਕੇ ਹੁਣ ਬਸ ਜਿੰਨਾ ਕਰ ਲਿਆ ਹੁਣ ਨਹੀਂ ਕਰਨਾ, ਮੀਨ ਉਹਨਾਂ ਨੂੰ ਇਨਡਾਇਰੈਕਟਲੀ ਉਹਨਾਂ ਨੂੰ ਕਿਹਾ ਪਰਮਿਸ਼ਨ ਦਿੱਤੀ ਵੀ ਤੁਸੀਂ ਕਰ ਲਓ। ਖੈਰ ਜਿਹੜੀ ਬੇਨਤੀ ਕਰਨ ਲੱਗਾ ਸੀਗਾ, ਬਾਬਾ ਜੀ ਸ਼ਮਸ਼ਾਨ ਵਿੱਚ ਬੈਠੇ ਸੀ ਅਤੇ ਸ਼ਮਸ਼ਾਨ ਵਿੱਚ ਬਹਿਣ ਦਾ ਸਿੱਧਾ ਮੈਸੇਜ ਸੀਗਾ, ਕਿਉਂਕਿ ਬਾਬਾ ਜੀ ਨੇ ਚੜ੍ਹਦੀ ਸਵੇਰ ਮਰਦਾਨਾ ਜੀ ਨੂੰ ਕਿਹਾ ਰਬਾਬ ਛੋਹ, ਰਬਾਬ ਵੱਜਣ ਲੱਗੀ ਹੈ ਅਤੇ ਬਾਬਾ ਜੀ ਆਪ ਰੱਬੀ ਜਿਹੜਾ ਕਲਾਮ ਰੱਬੀ ਗੁਰਬਾਣੀ ਗਾਇਨ ਕਰਨ ਲੱਗੇ ਨੇ, ਅਤੇ ਜਿਵੇਂ ਹੀ ਬਾਤ ਹੋਈ ਸ਼ਹਿਰ 'ਚ ਸੁਨੇਹਾ ਗਿਆ, ਕਿਸੇ ਨੇ ਸ਼ਰਈ ਕਾਨੂੰਨ ਤੋੜ ਦਿੱਤਾ, ਸ਼ਰ੍ਹਾ ਦਾ ਲਾ ਜਿਹੜਾ ਗਿਆ ਉਹ ਬ੍ਰੇਕ ਹੋ ਚੁੱਕਾ ਹੈ। ਦੈਨ ਨਗਰੀ ਦੇ ਵਿੱਚ ਇਹ ਸੀਗਾ ਕਿ ਜਿਸ ਸਾਹਮਣੇ ਤੁਹਾਡੇ ਕੋਈ ਇਸ ਤਰੀਕੇ ਦਾ ਲਾ ਬ੍ਰੇਕ ਹੋ ਰਿਹਾ, ਦਿਸ ਨੋ ਨੀਡ ਟੂ ਗੋ ਐਨੀ ਐਕਚੁਲੀ ਕੈਨ ਸੇ ਟੂ ਕੰਪਲੇਨ ਐਨੀ ਕੋਤਵਾਲ ਔਰ ਐਨੀ ਐਕਚੁਲੀ ਕੈਨ ਸਿਟੀ ਆਫਿਸਰਸ ਔਰ ਗੋ ਟੂ ਐਨੀ ਸੋਰਟ ਆਫ ਯੂ ਕੈਨ ਸੇ ਜੁਡੀਸ਼ਰੀ ਸਟਰਕਚਰ, ਨੋ ਨੋ ਨੋ, ਯੂ ਕੈਨ ਸੀ ਸਮਥਿੰਗ ਇਜ਼ ਹੈਪਨਿੰਗ ਇਨ ਫਰੰਟ ਆਫ ਯੂ, ਹੋਲ ਕਮਿਊਨਿਟੀ ਮੈਂਬਰ ਕੈਨ ਸੀ ਦੈਟ ਇਟਸ ਹੈਪਨਿੰਗ, ਓਕੇ, ਮੀਨਵਾਈਲ ਦੇ ਕੈਨ ਪਨਿਸ਼ ਦੈਮ ਡਾਇਰੈਕਟਲੀ। ਤੋ ਪਨਿਸ਼ਮੈਂਟ ਦਾ ਕਾਰਨ ਤਰੀਕਾ ਕੀ ਸੀਗਾ? ਸੰਗਸਾਰ ਕਰਨਾ, ਪੱਥਰ ਫੜੋ ਹੱਥਾਂ ਵਿੱਚ ਅਤੇ ਜਾ ਕੇ ਮਾਰੋ, ਇਹ ਚੀਜ਼ ਹੋਈ। ਉਹ ਜਦੋਂ ਇਹ ਸਾਰਾ ਗੁਰੂ ਬਾਬਾ ਜੀ ਕਰ ਰਹੇ ਨੇ, ਇੱਥੇ ਜਾ ਕੇ ਲੱਗਦਾ ਵੀ ਵੱਡਾ ਵਾਹਿਗੁਰੂ ਦਾ ਕਰਮ ਹੁੰਦਾ। ਟੂਕ ਮਾਤਰ, ਚਲੋ ਮੈਂ ਬਾਤ ਕੀਤੀ ਕਰਦਿਆਂ ਪੂਰੀ ਇਸ ਨੂੰ ਵਾਪਸ ਆ ਰਿਹਾ ਦਿੱਤੇ, ਉੱਥੇ ਹੀ ਪੀਰ ਦਸਤਗੀਰ, ਉਹਨੂੰ ਪੀਰੇ ਬਗਦਾਦ ਕਹਿੰਦੇ ਸੀਗੇ, ਉਸਨੇ ਉਹਦਾ ਸ਼ਾਗਿਰਦ ਸੀਗਾ, ਉਸਨੇ ਆਵਾਜ਼ ਸੁਣੀ। ਜਦੋਂ ਉਸਨੇ ਆਵਾਜ਼ ਸੁਣੀ ਤਾਂ ਫਿਰ ਦੌੜ ਕੇ ਗਿਆ ਆਪਣੇ ਪੀਰ ਦੇ ਕੋਲ ਅਣਮਨੁੱਖੀ ਰਫ਼ਤਾਰ ਦੇ ਨਾਲ, ਅਤੇ ਜਾ ਕੇ ਪੀਰ ਨੂੰ ਕਹਿੰਦਾ, ਜਿਸ ਪੀਰੇ ਹਿੰਦ ਨੂੰ ਉਡੀਕ ਰਿਹਾ ਸੀ ਉਹ ਆ ਗਿਆ, ਮੈਂ ਉਹਦੀ ਆਵਾਜ਼ ਸੁਣ ਕੇ ਆਇਆ, ਪਰ ਪੀਰ ਜੀ ਤੁਸੀਂ ਉਹਨੂੰ ਮਿਲ ਨਾ ਸਕੋਗੇ। ਉਹ ਕਹਿੰਦਾ ਉਹ ਕਿਉਂ? ਕਹਿੰਦਾ ਜਿੰਨੇ ਤੱਕ ਤੁਸੀਂ ਪਹੁੰਚਣਾ ਆ ਉਹਨੂੰ ਸੰਗਸਾਰ ਕਰਦੇ ਨੇ ਸ਼ਹਿਰ ਵਾਲਿਆਂ, ਕਿਉਂਕਿ ਮੈਂ ਦੇਖ ਕੇ ਆਇਆ ਲੋਕ ਉਹਨੂੰ ਸੰਗਸਾਰ ਕਰਨ ਵਾਸਤੇ ਪੱਥਰ ਲੈ ਕੇ ਤੁਰੇ ਜਾਂਦੇ ਸੀ। ਇੱਥੋਂ ਫਿਰ ਬਾਤ ਹੋਈ ਜਦੋਂ ਭਾਈ ਗੁਰਦਾਸ ਜੀ ਕਹਿੰਦੇ ਕਿ ਸੁਨ ਮੁਨ ਨਗਰੀ ਭਈ ਦੇਖ ਪੀਰ ਭਇਆ ਹੈਰਾਨਾ, ਵੀ ਜਿਹੜੇ ਪੀਰੇ ਬਗਦਾਦ ਨੂੰ ਲੋਕੀ ਵੇਖਣ ਵਾਸਤੇ ਤੜਪਦੇ ਅਤੇ ਤੜਸਦੇ ਤਰਸਦੇ ਨੇ, ਉਹ ਪੀਰ ਬਗਦਾਦ ਦੀਆਂ ਗਲੀਆਂ 'ਚੋਂ ਭੱਜ ਰਿਹਾ, ਨੱਠ ਰਿਹਾ ਪੂਰੀ ਸਪੀਡ ਦੇ ਨਾਲ, ਦੌੜ ਰਿਹਾ। ਕਿਉਂ? ਕਿਉਂਕਿ ਮੇਰੇ ਸ਼ਹਿਰ ਦੇ ਲੋਕ ਐਡਾ ਵੱਡਾ ਗੁਨਾਹ ਨਾ ਕਰ ਦੇਣਗੇ। ਉਹ ਜਾ ਕੇ ਫਿਰ ਗੁਰੂ ਬਾਬਾ ਜੀ ਦੇ ਚੋਗੇ ਦਾ ਇਸ ਤਰੀਕੇ ਨਾਲ ਬੋਸਾ ਲੈਂਦਾ ਹੈ, ਐਵੇਂ ਕਰਕੇ ਫਿਰ ਜਾ ਕੇ ਉਹ ਗੁਰੂ ਬਾਬਾ ਜੀ ਨੂੰ ਕਹਿੰਦਾ ਕਿ ਮੈਨੂੰ ਤੁਸੀਂ ਇੱਕ ਹੋਰ ਨਵਾਜਿਸ਼ ਕਰ ਸਕਦੇ ਹੋ? ਬਾਬਾ ਜੀ ਕਹਿੰਦੇ ਕੀ? ਕਹਿੰਦਾ ਮੈਂ ਤੁਹਾਡੇ ਦਸਤ ਨੂੰ ਥੰਬਣਾ ਚਾਹੁੰਦਾ। ਦਸਤਗੀਰ, ਗੀਰ ਹੁੰਦਾ ਹੈ ਜਿਵੇਂ ਕਿਸੇ ਨੂੰ ਬਗਲਗੀਰ ਕਰਨਾ, ਲੈ ਲੈਣਾ, ਇੱਥੋਂ ਜਹਾਂਗੀਰ ਜਿਹਨੇ ਜਹਾਨ ਨੂੰ ਥੰਬਿਆ, ਦਸਤਗੀਰ ਜਿਹਨੇ ਦਸਤ ਨੂੰ ਥੰਬਿਆ। ਸਰੂਪ ਦੇ ਵਿੱਚ ਬਾਬਾ ਜੀ ਦੇ ਦਸਤ ਨੂੰ ਉਹਨੇ ਪਕੜਿਆ ਅਤੇ ਉਹਦਾ ਫਿਰ ਬੋਸਾ ਲਿਆ ਉੱਥੇ।
ਉੱਥੇ ਫਿਰ ਬੜੀ ਲੰਮੀ ਚੌੜੀ ਡਿਬੇਟ ਹੋਈ ਹੈ, ਜਨਮ ਸਾਖੀਆਂ ਪੜ੍ਹੋ ਤੁਸੀਂ ਵੀ ਗਾਇਨ ਕਿਉਂ ਆ, ਗਾਉਣਾ ਕਿਉਂ ਆ, ਵਜਾਉਣਾ ਕਿਉਂ ਆ, ਅਤੇ ਫਿਰ ਉਹਦੇ 'ਚ ਇਕੱਲਾ ਇਹ ਨਹੀਂ, ਹੋਰ ਬਹੁਤ ਸਾਰੇ ਸਾਖੀ ਸੰਦੇਸ਼ ਹੈਗਾ। ਟੂਕ ਮਾਤਰ ਬੇਨਤੀ ਕਰ ਦਿੰਦਾ, ਬਾਬਾ ਜੀ ਨੇ ਕਿਹਾ ਜਿਹੜਾ ਗਾਉਣਾ ਵਜਾਉਣਾ ਆ ਇਹ ਸੋਨੇ ਦਾ ਬਰਤਨ ਹੈ, ਇਹ ਬੇਸ਼ਕੀਮਤੀ ਧਾਤ ਆ, ਇਹਨੂੰ ਨਹੀਂ ਗਵਾਉਣਾ ਚਾਹੀਦਾ, ਪਰ ਇਹਦੇ 'ਚ ਸੋਨੇ ਦੇ ਬਰਤਨ ਦਾ ਕੋਈ ਕਸੂਰ ਨਹੀਂ ਜੇ ਕੋਈ ਉਹਦੇ 'ਚ ਪਾ ਕੇ ਜ਼ਹਿਰ ਪੀਂਦਾ ਹੈ। ਤੁਸੀਂ ਸੋਨੇ ਦੇ ਬਰਤਨ ਨੂੰ ਰੱਖੋ, ਉਹਦੇ 'ਚ ਅੰਮ੍ਰਿਤ ਪਾ ਕੇ ਪੀਓ, ਗਾਓ, ਪੜ੍ਹੋ, ਸੁਣੋ, ਵਜਾਓ, ਕੌਣ ਕਹਿੰਦਾ ਨਾ ਕਰੋ, ਪਰ ਚੰਗਾ ਅਤੇ ਸਭ ਤੋਂ ਚੰਗਾ ਗੁਰਬਾਣੀ ਤੋਂ ਵਧੀਆ ਕੀ ਗਾਓਗੇ, ਕੀ ਵਜਾਓਗੇ। ਸੋ ਇਹ ਹੈ ਸਾਡੇ ਘਰ 'ਤੇ ਸੰਗੀਤ ਦੀ ਪੂਰੀ ਇੱਕ ਦਰਿਆ ਵਗਦਾ। ਜੇ ਤੁਸੀਂ ਜਨਮ ਸਾਖੀ ਦਾ ਹੋਰ ਵੇਰਵਾ ਪੜ੍ਹੋ ਨਾ, ਜਦੋਂ ਭਾਈ ਮਰਦਾਨਾ ਜੀ ਅਕਾਲ ਚਲਾਣਾ ਕਰ ਗਏ ਅਤੇ ਗੁਰੂ ਮਹਾਰਾਜ ਇਕੱਲੇ ਆਏ ਤਲਵੰਡੀ ਵਾਪਸ, ਅਤੇ ਆ ਕੇ ਭਾਈ ਮਰਦਾਨਾ ਜੀ ਦਾ ਬੇਟਾ ਗੁਰੂ ਮਹਾਰਾਜ ਨੂੰ ਆ ਕੇ ਪੁੱਛਦਾ ਆ ਕਿ ਪਿਤਾ ਗੁਰੂ ਬਾਬਾ ਜੀ ਅੱਬੂ ਨਹੀਂ ਦਿਸਦੇ, ਅਤੇ ਗੁਰੂ ਮਹਾਰਾਜ ਕਹਿੰਦੇ ਕਿ ਬੇਟਾ ਸਲਮਾਨ ਜਿਹੜਾ ਤੁਹਾਡੇ ਅੱਬੂ ਸੀਗੇ ਉਹ ਜਿਹਨਾਂ ਤੱਤਾਂ 'ਚੋਂ ਆਏ ਸੀ ਉਹਨਾਂ ਤੱਤਾਂ 'ਚ ਅਮਾ ਗਏ ਨੇ। ਉਹ ਫਿਰ ਬੱਚਾ ਆ ਵੇਟ ਕਰਦਾ ਸੀ ਆਪਣੇ ਡੈਡ ਦਾ, ਅਤੇ ਬੜਾ ਝੋਰੇ 'ਚ ਆ ਗਿਆ। ਬਾਬਾ ਜੀ ਕਹਿੰਦੇ ਕਹਿੰਦੇ ਜਿਹੜੇ ਜ਼ਿੰਦਗੀ ਕਮਾ ਕੇ ਜਾਂਦੇ ਨੇ ਉਹਨਾਂ ਲਈ ਝੋਰਾ ਨਹੀਂ ਕਰੀਦਾ, ਦੱਸ ਪੁੱਤ ਤੈਨੂੰ ਕੀ ਚਾਹੀਦਾ ਆ। ਅਤੇ ਦੇਖੋ ਕੈਸੀ ਸਿਆਣੀ ਰੂਹ ਹੋਏਗੀ, ਕਹਿੰਦਾ ਗੁਰੂ ਸਾਹਿਬ ਮੈਨੂੰ ਕੀ ਪਤਾ, ਮੈਂ ਤਾਂ ਨਿਆਣਾ ਵਾਂ, ਤੁਸੀਂ ਸਿਆਣੇ ਹੋ, ਤੁਸੀਂ ਬਖਸ਼ ਦਿਓ ਜੋ ਬਖਸ਼ਣਾ ਹੈ। ਬਾਬਾ ਜੀ ਕਹਿੰਦੇ ਫਿਰ ਵੀ, ਕਹਿੰਦੇ ਜੀ ਤੁਹਾਨੂੰ ਜਿਵੇਂ ਠੀਕ ਲੱਗਦਾ। ਕਹਿੰਦੇ ਨਹੀਂ ਬਾਬਾ ਜੀ ਕੋਈ ਮਰਜ਼ੀ। ਕਹਿੰਦੇ ਜੋ ਪਿਤਾ ਜੀ ਨੂੰ ਬਖਸ਼ਿਆ ਮੈਨੂੰ ਵੀ ਬਖਸ਼ ਦਿਓ। ਬਾਬਾ ਜੀ ਨੇ ਰਬਾਬ ਫੜਾ ਦਿੱਤੀ, ਰਬਾਬ ਵਜਾਈ, ਜਨਮ ਸਾਖੀ ਦਾ ਬੋਲ ਪਤਾ ਕੀ ਐਗਜੈਕਟਲੀ ਬੋਲ ਤੁਹਾਨੂੰ ਦੱਸਾਂ, ਉਹ ਕਹਿੰਦੇ ਕਿੰਨਾ ਚਿਰ ਰਬਾਬ ਵੱਜਦੀ ਰਹੀ, ਕੀਰਤਨ ਹੁੰਦਾ ਰਿਹਾ ਅਤੇ ਸੰਗਤਾਂ ਕੀਰਤਨ ਦੇ ਦਰਿਆ ਦੇ ਵਿੱਚ ਨਹਾਉਂਦੀਆਂ ਰਹੀਆਂ। ਤੁਸੀਂ ਪਾਣੀ ਦੇ ਦਰਿਆ ਸੁਣਿਆ ਹੋਣਾ, ਹੈਵਨ ਦੀ ਜਦੋਂ ਪਿਕਚਰ ਕ੍ਰੀਏਟ ਕਰਦੇ ਨਾ, ਬਾਬਾ ਜੀ ਕਹਿੰਦੇ ਤਾਂ ਬੈਕੁੰਠ ਚਾਹੇ ਕੀਰਤਨ ਤੇਰਾ ਜਿਸ ਤੂੰ ਵਾਪ ਕਰਾਂ, ਬੈਕੁੰਠ ਜਿਹੜਾ ਉਹੀ ਹੈ ਜਿੱਥੇ ਰੱਬੀ ਕੀਰਤੀ ਹੈ ਉਹਦਾ ਕੀਰਤਨ ਹੋ ਰਿਹਾ, ਪਰ ਕਿਹਾ ਜਿਸ ਤੂੰ ਜਿਹਨੂੰ ਤੂੰ ਆਪ ਬਖਸ਼ ਦੇਵੇਂ। ਕਿਹਾ ਸਵਰਗ ਦੀ ਪਿਕਚਰ ਲੋਕਾਂ ਨੇ ਪੋਰਟਰੇਟ ਕੀਤੀ, ਉੱਥੇ ਨਾ ਦੁੱਧ ਦੇ ਦਰਿਆ ਵਗਦੇ ਨੇ, ਉੱਥੇ ਸ਼ਹਿਦ ਦੇ ਦਰਿਆ ਵਗਦੇ ਨੇ, ਸ਼ਰਾਬ ਦੇ ਦਰਿਆ ਵਗਦੇ ਨੇ। ਚਲੋ ਪਾਣੀ ਦੇ ਦਰਿਆ ਦੀ ਧਰਤੀ 'ਤੇ ਵਗਦੇ ਵੇਖ ਹੀ ਰਹੇ ਅਸੀਂ ਥੋੜ੍ਹੇ ਬਹੁਤੇ, ਭਾਵੇਂ ਮੁੱਕ ਚੱਲੇ ਸੁੱਕ ਚੱਲੇ ਨੇ, ਪਰ ਇਸ ਰੂਪ ਦੇ ਵਿੱਚ, ਪਰ ਇੱਥੇ ਕੀ ਹੈ ਕੀਰਤਨ ਦਾ ਦਰਿਆ ਹੈ। ਸੋ ਇਹਨੂੰ ਕੀਰਤਨ ਨੂੰ ਦਰਿਆ ਨਾਲ ਤਸ਼ਬੀਹ ਦਿੱਤੀ, ਇਹਦੇ 'ਚ ਚੁੱਭੀਆਂ ਲਾਉਣੀਆਂ, ਇਸ਼ਨਾਨ ਕਰਨਾ ਬੜਾ ਜ਼ਰੂਰੀ ਹੈ। ਗਾਇਨ ਦੀ ਇਹ ਪ੍ਰਪਾਟੀ ਸਾਡੇ ਘਰ ਆ, ਬਟ ਲੈਟਸ ਕਮ ਟੂ ਵਰਡ। ਹੁਣ ਜਿਹੜਾ ਇੱਥੇ ਆਪਾਂ ਬਾਤ ਕਰ ਰਹੇ ਸੀਗੇ ਕਿ ਇੱਥੇ ਗਾਵੇ ਦਾ ਮਤਲਬ ਉਹ ਗਾਉਣਾ ਸਿੰਗ ਕਰਨਾ ਨਹੀਂ ਗਾ, ਉਹਦੀ ਬੜੀ ਇੰਪੋਰਟੈਂਸ ਹੈ। ਆਈ ਆਲਰੇਡੀ ਟੋਲਡ ਦੈਟ, ਮੈਂ ਪਹਿਲਾਂ ਬਿਆਨ ਕੀਤਾ ਕਿ ਉਹ ਚੀਜ਼ ਹੈ। ਇੱਥੇ ਗਾਵੇ ਦਾ ਮਤਲਬ ਹੈ ਰਿਸਾਈਟ ਕਰਨਾ। ਹੁਣ ਇਹ ਰਿਸਾਈਟ ਕਰਨ ਵਾਲੀ ਗੱਲ ਆ, ਇਹਦੇ 'ਚ ਜਿਹੜੇ ਤੁਸੀਂ ਇਨਸਾਈਕਲੋਪੀਡੀਆ ਆਫ ਬ੍ਰਿਟਾਨੀਆ ਪੜ੍ਹੋ, ਉਹ 'ਚ ਕਹਿੰਦੇ ਨੇ ਰਿਲੀਜੀਅਸ ਸਕ੍ਰਿਪਚਰਸ ਆਰ ਨੋਟ ਰੀਡੇਬਲ ਥਿੰਗਸ, ਦੋਜ਼ ਆਰ ਰਿਸਾਈਟੇਬਲ ਥਿੰਗਸ। ਹੁਣ ਮੈਂ ਥੋੜ੍ਹੀ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਦਾ। ਰੀਡੇਬਲ ਥਿੰਗਸ, ਆਪਾਂ ਨਾ ਟੈਕਸਟ ਬੁੱਕ ਪੜ੍ਹਦੇ ਹਾਂ, ਅਖਬਾਰ ਪੜ੍ਹਦੇ ਹਾਂ, ਨਾਵਲ ਪੜ੍ਹਦੇ ਹਾਂ। ਜੋ ਤੁਸੀਂ ਅਖਬਾਰ ਪੜ੍ਹਦੇ ਹੋ, ਨਾਵਲ ਪੜ੍ਹਦੇ ਹੋ, ਟੈਕਸਟ ਬੁੱਕ ਪੜ੍ਹ, ਕੋਈ ਐਨੀ ਸੋਰਟ ਆਫ ਬੁੱਕ ਪੜ੍ਹਦੇ ਹੋ, ਉਹਦੇ 'ਚ ਪਤਾ ਕੀ ਹੈ, ਤੁਹਾਡਾ ਬ੍ਰੇਨ ਇਨਵੋਲਵ ਹੁੰਦਾ। ਬ੍ਰੇਨ ਦੱਸਦਾ ਆ ਪਹਿਲਾ ਅੱਖਰ ਇਹ ਆ, ਦੂਜਾ ਇਹ ਆ, ਤੀਜਾ ਇਹ ਆ, ਇਹਦਾ ਇਹ ਉਚਾਰਨ ਹੋਣਾ, ਇਹ ਸਾਰਾ ਕੁਛ ਹੁੰਦਾ ਉਸ ਤਰੀਕੇ ਨਾਲ। ਫਿਰ ਬ੍ਰੇਨ ਦਾ ਇੱਕ ਪੱਖ ਹੈ ਐਨਾਲੈਟਿਕ ਪੱਖ, ਬ੍ਰੇਨ ਐਨਾਲੈਟਿਕ ਉਹ ਸਾਰੇ ਨੂੰ ਅਨੈਲਿਸਿਸ ਕਰਦਾ ਆ, ਇਹ ਕਿੰਨੇ ਲਿਖੀ ਹੋਏਗੀ ਗੱਲ, ਕਦੋਂ ਲਿਖੀ ਹੋਏਗੀ, ਅੱਛਾ ਇਹਦਾ ਮਤਲਬ ਕੀ ਲਿਖਣ ਦਾ, ਇਹ ਸਾਰਾ ਕੁਝ ਐਨਾਲੈਟਿਕ ਵੇ ਨਾਲ ਬ੍ਰੇਨ 'ਚ ਚੱਲਦਾ ਆ। ਇਹਦੇ ਨਾਲ ਮੋਸਟਲੀ ਬ੍ਰੇਨ ਬਹੁਤ ਟਾਇਰਡ ਹੁੰਦਾ, ਇਹਦੇ 'ਚ ਟਾਇਰਡਨੈਸ ਵੱਧਦੀ ਬ੍ਰੇਨ ਦੇ ਵਿੱਚ।
ਪਰ ਜਦੋਂ ਅਸੀਂ ਕਿਵੇਂ ਸਪੋਜ਼ ਕਰੋ ਗੁਰਬਾਣੀ ਇਹਨੂੰ ਪੜ੍ਹਦੇ ਹਾਂ, ਇਹਦੇ 'ਚ ਬ੍ਰੇਨ ਇਨਵੋਲਵ ਹੋਏਗਾ, ਨੋ ਡਾਊਟ, ਪੂਰੀ ਤਰ੍ਹਾਂ ਇਨਵੋਲਵ ਹੋਏਗਾ, ਤਾਂ ਹੀ ਤਾਂ ਪੜ੍ਹਿਆ ਜਾਏਗਾ ਕਿਹੜਾ ਵੋਵਲ ਆ, ਕਿਹੜਾ ਕੋਨਸਟੈਂਟ ਆ, ਕਿਹੜੀ ਸਾਊਂਡ ਆ, ਸਾਰਾ ਕੁਛ ਉਸ ਰੂਪ 'ਚ. ਪਰ ਇੱਕ ਚੀਜ਼ ਐਕਸਟਰਾ ਇਨਵੋਲਵ ਹੋਏਗੀ, ਉਹ ਪਤਾ ਕੀ ਹੈ? ਤੁਹਾਡੀ ਭਾਵਨਾ, ਤੁਹਾਡਾ ਭਾਵ, ਇਮੋਸ਼ਨਸ. ਹੁਣ ਈਵਨ ਸਾਇੰਸ ਦੀਆਂ ਕਿਤਾਬਾਂ ਨਵੇਂ ਸਿਰ ਤੋਂ ਲਿਖਣ ਦੀ ਕੋਸ਼ਿਸ਼ ਹੋ ਰਹੀ ਹੈ, ਈਵਨ ਨਿਊਰੋ ਸਾਇੰਸ 'ਚ ਬਹੁਤ ਸਾਰੇ ਚੇਂਜਸ ਆਏ ਨੇ. ਪਤਾ ਲੱਗ ਰਿਹਾ ਜਿਹੜੇ ਸਾਡੇ ਨਿਊਰੋ ਟਰਾਂਸਮੀਟਰਸ ਨੇ ਉਹ ਸਿਰਫ ਬ੍ਰੇਨ 'ਚ ਨਹੀਂ ਹੈਗੇ, ਸਾਡੇ ਹਾਰਟ 'ਚ ਵੀ ਹੈਗੇ ਨੇ. ਹਾਰਟ ਦੀ ਫੰਕਸ਼ਨਿੰਗ ਕਾਫੀ ਹੱਦ ਤੱਕ ਇੰਡੀਪੈਂਡੈਂਟ ਹੁੰਦੀ ਹੈ ਬ੍ਰੇਨ ਦੇ ਨਾਲ, ਉਹਦਾ ਹੈਗਾ ਤਵਾਜਨ, ਪਰ ਹਾਰਟ ਆਪਣੇ ਤੌਰ 'ਤੇ ਵੀ ਇੰਡੀਪੈਂਡੈਂਟਲੀ ਬਹੁਤ. ਇਸੇ ਕਰਕੇ ਜਿਹੜੇ ਲੋਕ ਮਾੜੀ ਜਿਹੀ ਕੋਈ ਖੁਸ਼ੀ ਗਮੀ ਬਹੁਤ ਜ਼ਿਆਦਾ ਮਿਲਦੀ ਤਾਂ ਕਈ ਵਾਰ ਹਾਰਟ ਅਟੈਕ ਹੋ ਜਾਂਦਾ, ਕਿਉਂਕਿ ਇੱਥੇ ਉਹ ਜਿਹੜੀ ਉਸ ਚੀਜ਼ ਉਹ ਜਿਹੜੀ, ਜਿਵੇਂ ਤੁਸੀਂ ਇਸ ਤਰੀਕੇ ਨਾਲ ਅਧਿਆਤਮ ਤਲ 'ਤੇ ਆ ਜਾਂਦੇ ਹੋ, ਤੁਸੀਂ ਇਸ ਰੂਪ 'ਚ ਇਨਵੋਲਵ ਹੋ ਜਾਂਦੇ ਹੋ. ਅਸੀਂ ਬਾਣੀ ਦੇ ਕੋਨਸੈਪਟ ਵੀ ਪੜ੍ਹਦੇ ਹਾਂ, ਗੁਰਮੁਖ ਰੋਮ ਰੋਮ ਹਰ ਧਿਆਵ ਹੈ. ਰੋਮ ਰੋਮ ਮੀਨ ਕੰਪਲੀਟਲੀ, ਤੁਹਾਡੀ ਪੂਰੀ ਐਨਰਜੀ ਕਈ ਵਾਰੀ ਉਸ ਰੂਪ 'ਚ ਚਲੀ ਜਾਂਦੀ ਹੈ. ਇਸ ਨੂੰ ਤੁਸੀਂ ਦੇਖੋ, ਜਿੰਨੇ ਤੁਸੀਂ ਡੀਪ ਲੈਵਲ 'ਤੇ ਕਿਸੇ ਥੋਟ ਨਾਲ ਇੰਗੇਜ ਹੋ ਜਾਂਦੇ ਹੋ, ਸਪੋਜ਼ ਕੋਈ ਖਬਰ ਮਿਲੀ, ਇੱਕ ਖਬਰ ਐਸੀ ਆਈ ਜਿਸ ਨੇ ਜਿਹੜੇ ਸੀਗੇ ਇੱਕਦਮ ਰੋਂਗਟੇ ਖੜ੍ਹੇ ਕਰ ਦਿੱਤੇ. ਇੱਕਦਮ ਬੰਦਾ ਕਹਿੰਦਾ ਤੂੰ ਆਹ ਗੱਲ ਦੱਸੀ, ਮੇਰੇ ਰੋਂਗਟੇ ਖੜ੍ਹੇ. ਕੀ ਹੈ? ਕੰਪਲੀਟ ਪੂਰੀ ਇਨਵੋਲਵਮੈਂਟ ਹੋ ਗਈ ਇਹਦੇ ਵਿੱਚ. ਜਾਂ ਕੋਈ ਲੈਵਲ 'ਤੇ ਭਾਵ ਨਾਲ ਜੁੜਦੇ ਜਾਓਗੇ, ਤੁਹਾਡੀ ਇਹ ਸਾਰੀ ਐਨਰਜੀ ਜਿਹੜੀ ਹੈ ਉਸ ਪਾਸੇ ਨੂੰ ਜਾਣੀ ਸ਼ੁਰੂ ਹੋ ਜਾਏਗੀ. ਅਨਫੋਰਚੁਨੇਟ ਪਾਰਟ ਇਹ ਹੈ, ਮੈਂ ਹੋਰ ਇਹਨੂੰ ਸਰਲ ਕਰ ਦਿੰਦਾ ਵਾਂ, ਅਸੀਂ ਬਹੁਤ ਸੁੱਤੇ ਹੋਏ ਹਾਂ. ਬਾਬਾ ਜੀ ਦੀ ਬਾਣੀ ਸਾਨੂੰ ਜਗਾਉਂਦੀ ਹੈ, ਅਸੀਂ ਸੁੱਤੇ ਹੋਏ ਹਾਂ. ਬੰਦਾ ਸਪੋਜ਼ ਕਰੋ ਨਹਾਉਣ ਲੱਗਾ, ਪਾਣੀ ਦਾ ਇੱਕ ਆਪਣਾ ਮਿਊਜ਼ਿਕ ਹੈ, ਸੰਗੀਤ ਹੈ. ਜਦੋਂ ਪਾਣੀ ਪਿੰਡੇ 'ਤੇ ਪੈਂਦਾ, ਸਾਰਾ ਇੱਕ ਇੱਕ ਰੋਮ ਉਸ ਸੰਗੀਤ ਨੂੰ ਸੁਣਦਾ. ਸਾਡੇ 'ਚੋਂ ਕਿੰਨੇ ਆ ਜਿਹੜੇ ਸੁਣ ਪਾਉਂਦੇ ਹਨ? ਥਿੰਕ ਅਬਾਊਟ ਇਟ. ਜਿਹੜੀ ਮਾਇੰਡਫੁਲਨੈਸ ਦੀ ਗੱਲ ਕੀਤੀ ਜਾਂਦੀ ਹੈ ਨਾ, ਬੀ ਵਿਦ ਯੋਰ ਸੈਲਫ, ਆਪਣੇ ਆਪ ਨੂੰ ਅਹਿਸਾਸ. ਹੁਣ ਸਪੋਜ਼ ਮੈਂ ਗੁਰਦੁਆਰਾ ਸਾਹਿਬ ਆਇਆ, ਆ ਕੇ ਗੁਰੂ ਕੇ ਹਜ਼ੂਰ ਬੈਠਾ, ਆ ਕੇ ਇੱਕ ਅਹਿਸਾਸ ਹੈ, ਮੈਂ ਗੁਰੂ ਕੋਲ ਬੈਠਾ, ਫੀਲਿੰਗ ਆ. ਉਸ ਫੀਲਿੰਗ ਦੇ ਨਾਲ ਆਮ ਲਿਸਨਿੰਗ ਸਮਥਿੰਗ ਵਿਚ ਇਜ਼, ਮਤਲਬ ਜਿਹਨੂੰ ਕਿਹਾ ਜਾਏ ਕਿ ਉਹ ਬਿਲਕੁਲ ਗਲੋਰੀਅਸ ਚੀਜ਼ ਆ, ਇਹ ਰੂਪ ਦਾ ਜਿਹੜੇ. ਇੱਥੋਂ ਫਿਰ ਬੰਦੇ ਦਾ ਗਾਣਾ ਸ਼ੁਰੂ ਹੁੰਦਾ, ਫਿਰ ਉਹ ਗਾਉਂਦਾ. ਅਤੇ ਇਸ ਗਾਉਣ ਲਈ ਫਿਰ ਸਾਨੂੰ ਕੁਝ ਰੀਜ਼ਨਸ ਚਾਹੀਦੇ ਨੇ, ਕਿਉਂਕਿ ਇਹ ਐਵੇਂ ਨਹੀਂ ਆਉਂਦਾ. ਬਾਬਾ ਜੀ ਨੇ ਉਹਨਾਂ ਰੀਜ਼ਨਸ ਨੂੰ ਲਿਆਉਂਦਾ ਸਾਡੇ ਸਾਹਮਣੇ. ਕੋਈ ਉਸਨੂੰ ਤਾਣ ਆਪਣੀ ਐਬਿਲਿਟੀ ਨਾਲ ਸਾਹਮਣੇ ਰੱਖਦਾ, ਫਿਰ ਕਹਿੰਦਾ ਸ਼ੁਕਰ ਗੁਜ਼ਾਰੀ ਹੁੰਦੇ ਆ. ਕੋਈ ਉਸਨੂੰ ਦਾਤ ਦੇ ਰੂਪ ਵਿੱਚ ਦੇਖਦਾ. ਅੱਜ ਜਿਹੜਾ ਬਚਨ ਸਾਡੇ ਕੋਲ ਆ ਰਿਹਾ, ਗਾਵੈ ਕੋ ਗੁਣ ਵਡਿਆਈਆਂ ਚਾਰ. ਹੁਣ ਇਹਦੇ ਵਿੱਚ ਗਾਵੈ ਕੋ ਤਾਂ ਸਮਝ ਆ ਗਿਆ, ਕੋਈ ਉਸਨੂੰ, ਸਮਨ ਇਜ਼ ਰਿਸਾਈਟਿੰਗ ਔਰ ਸਮਨ ਰਿਸਾਈਟਸ. ਗੁਣ ਵਡਿਆਈਆਂ ਚਾਰ, ਉਹ ਜਿਹੜਾ ਗੁਣ ਵਡਿਆਈਆਂ ਚਾਰ ਆ, ਗੁਣ ਵਡਿਆਈਆਂ, ਚਲੋ ਗੁਣ ਵਰਚੂਜ਼ ਕਹਿ ਲਓ, ਕੁਆਲਿਟੀਜ਼ ਕਹਿ ਲਓ, ਵਡਿਆਈਆਂ ਗਲੋਰੀਫੁੲਲ ਚੀਜ਼ਾਂ ਕਹਿ ਲਓ, ਗਲੋਰੀਫੁੱਲ ਥਿੰਗਸ ਕਹਿ ਲਓ. ਹੁਣ ਗੱਲ ਆ ਗਈ ਚਾਰ ਦੇ ਉੱਤੇ. ਅੱਛਾ, ਇਹ ਚਾਰ ਨਾ, ਕਿਉਂਕਿ ਅੱਜ ਸਾਡਾ ਕਾਫੀ ਸਾਰਾ ਚੀਜ਼ਾਂ ਬਦਲ ਚੁੱਕੀਆਂ ਨੇ. ਸਾਡੇ 'ਚੋਂ ਕਦੀ ਕਿਸੇ ਨੇ ਕਿਸੇ ਕਵੀ ਸੰਮੇਲਨ 'ਚ ਜਾਣਾ ਕੀਤਾ? ਬਹੁਤ ਹੋਇਆ ਕਰਦੇ ਸੀ, ਹੁਣ ਤਾਂ ਖਤਮ ਹੀ ਹੋ ਗਏ. ਸਾਡੇ ਕਵੀ ਪੋਇਟ ਹੀ ਨਹੀਂ ਰਹਿ ਗਏ ਹੁਣ ਤਾਂ. ਮਤਲਬ ਮੈਂ ਸੋਚਦਾ ਪਾਤਰ ਜੀ, ਮਤਲਬ ਲਾਸਟ ਹੀ ਆਲਮੋਸਟ ਆਪਣੇ ਆਪ ਦੇ ਵਿੱਚ ਵਹਿਦ ਇਗਜ਼ਾਮਪਲ ਸੀਗੇ, ਅਦਰਵਾਈਜ਼ ਚਲੇ ਗਏ ਨਾ. ਜਿਸ ਦਿਨ ਉਹਨਾਂ ਨੇ ਉਹ ਆਪਣਾ ਦਿੱਤਾ ਨਾ ਵਾਪਸ, ਉਹ ਪਦਮ ਸ਼੍ਰੀ, ਅਤੇ ਉਹ ਰੌਲਾ ਰੰਪੜਾ ਪਿਆ ਉਹਨੂੰ, ਅਤੇ ਉਹ ਕਹਿੰਦੇ ਵੀ ਹਾਂ, ਜੇ ਮੈਂ ਐਗਜੈਕਟਲੀ ਵਰਡ ਕੋਟ ਕਰ ਸਕਾਂ ਉਹਨਾਂ ਦੇ, ਕਿ ਝੂਠਿਆਂ ਦੇ ਝੁੰਡ ਵਿੱਚ ਜਦੋਂ ਬੋਲਿਆ ਸੱਚ ਅਤੇ ਸਾਰੇ ਸਾਥ ਛੱਡ ਗਏ. ਜਦੋਂ ਝੂਠਿਆਂ ਦੇ ਝੁੰਡ ਦੇ ਵਿੱਚ ਸੱਚ ਬੋਲਿਆ ਨਾ, ਉਹ ਕਹਿੰਦੇ ਸਾਰੇ ਕਹਿੰਦੇ
ਮਤਲਬ ਜਦੋਂ ਝੂਠਿਆਂ ਦੇ ਝੁੰਡ ਵਿੱਚ ਬੋਲਿਆ ਸੱਚ ਤੇ ਇਕੱਲਾ ਰਹਿ ਗਿਆ, ਇਕੱਲਾ ਰਹਿ ਗਿਆ। ਕਹਿੰਦੇ ਜਦੋਂ ਯਾਦ ਗੁਰਾਂ ਦੀ ਆਈ ਤੇ 1.25 ਲੱਖ ਹੋ ਗਿਆ। ਇੱਕਦਮ ਅਹਿਸਾਸ ਆਇਆ ਵੀ ਇਕੱਲਾ ਕਿਵੇਂ ਹੋ ਸਕਦਾ। ਉਹਨੇ ਤੇ ਕਿਹਾ ਸੀ 1.25 ਲੱਖ ਹੈ, ਤੁਸੀਂ ਦੇਖੋ ਤੁਸੀਂ। ਹਾਲਾਂਕਿ ਸਭ ਨੂੰ ਚੀਜ਼ਾਂ ਫਿੱਟ ਨਹੀਂ ਬੈਠਦੀਆਂ, ਆਪੋ ਆਪਣੀ ਚੋਇਸ ਆ, ਪਰ ਟੂਕ ਮਾਤਰ ਜਿਹੜੀ ਬੇਨਤੀ ਕਰ ਰਿਹਾ ਇਹ ਇਸ ਤਰੀਕੇ ਨਾਲ। ਅਦਰਵਾਈਜ਼ ਸਾਡੀਆਂ ਟ੍ਰੈਡੀਸ਼ਨ 'ਚ ਕਵੀ ਸੰਮੇਲਨ ਹੁੰਦੇ ਸੀ, ਕਵੀ ਗਾਉਂਦੇ ਹੁੰਦੇ ਸੀ, ਲੋਕ ਆ ਕੇ ਸੁਣਦੇ ਸੀ। ਤੁਸੀਂ ਕਦੀ ਕਵੀ ਦਰਬਾਰ ਦੇ ਵਿੱਚ ਨਾ ਕਿਸੇ ਸੈਕਟਰੀ ਨੂੰ ਸੁਣਿਆ ਹੋਏ ਅਤੇ ਉਹ ਕਹਿੰਦਾ ਹੈ ਜੀ ਸਾਡੇ ਸਾਹਮਣੇ ਫਲਾਂ ਫਲਾਂ ਕਵੀ ਨੇ ਅਤੇ ਉਹ ਆਪਣੀਆਂ ਕਵਿਤਾ ਦੀਆਂ 4 ਸਤਰਾਂ ਤੁਹਾਨੂੰ ਸਰਵਣ ਕਰਵਾਉਣਗੇ, 4 ਜਿਹੜੀਆਂ ਨੇ ਤੁਹਾਨੂੰ ਕਵਿਤਾ ਦੇ ਜਿਹੜਾ ਹੈਗਾ ਰੂਪ ਸਰਵਣ ਕਰਵਾਉਣਗੇ। ਅਤੇ ਉਹ ਕਵੀ ਸਾਹਿਬ ਖੜ੍ਹੇ ਹੁੰਦੇ ਅਤੇ ਖੜ੍ਹੇ ਹੋਣ ਤੋਂ ਬਾਅਦ ਮਤਲਬ ਮੇਰੇ ਕੱਦ ਦੀ ਤਰ੍ਹਾਂ ਉਹ ਸਪੀਚ ਸ਼ੁਰੂ ਕਰ ਦਿੰਦੇ, ਫਿਰ ਉਸ ਤੋਂ ਬਾਅਦ ਉਹ 5-7, 10-15 ਕੋਈ ਸ਼ੇਰ ਸੁਣਾ ਕੇ, 2-3 ਕਵਿਤਾ ਸੁਣਾ ਕੇ, ਅਤੇ ਹੁਣ ਕਹਿੰਦੇ ਹੁਣ ਮੈਂ ਤੁਹਾਨੂੰ ਨਾ ਕੋਈ 2 ਕੁ ਕਵਿਤਾ ਸੁਣਾਵਾਂਗਾ। ਉਹ ਕਮਾਲ ਹੋ ਗਈ, ਤੂੰ ਘੱਟ ਤੋਂ ਘੱਟ ਅੱਧੀ ਕਿਤਾਬ ਸੁਣਾ ਦਿੱਤੀ ਹੁਣ ਤੱਕ। ਅਤੇ ਸੈਕਟਰੀ ਨੇ ਕਿਹਾ ਸੀਗਾ ਕਿ ਸਿਰਫ 4 ਜਿਹੜਾ ਹੈਗਾ ਕਵਿਤਾਵਾਂ ਸੁਣਾਉਣਗੇ। ਉਸ 4 ਦਾ ਮਤਲਬ ਗਿਣਤੀ ਦੇ 4 ਨਹੀਂ ਸੀਗੇ, ਉਸ 4 ਦਾ ਮਤਲਬ ਪਤਾ ਕੀ ਸੀਗਾ? ਖੂਬਸੂਰਤ, ਚੰਗੇ, ਵਧੀਆ, ਉਮਦਾ। ਹੁਣ ਇਸ ਸਪੈਲ ਨੂੰ ਦੇਖਿਓ ਕਿਵੇਂ ਹੋਇਆ। ਗੁਣ ਵਡਿਆਈਆਂ 4, ਜਦੋਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨੰਬਰ 4 ਦੀ ਗੱਲ ਆਏਗੀ ਨਾ, ਈਵਨ ਕਿਸੇ ਵੀ ਨੰਬਰ ਦੀ ਗੱਲ ਆਏਗੀ, ਆਹ ਦੇਖੋ 4 ਵਰਨ ਚਹੁਆਂ ਕੇ ਮਰਦਨ ਖਟ ਦਰਸਨ ਕਰ ਤਲੀ ਰੇ। ਹੁਣ ਨੰਬਰ 4 ਦੀ ਗੱਲ ਹੋ ਰਹੀ ਹੈ ਇੱਥੇ, ਜਾਂ 4 ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੇ। ਤੁਸੀਂ ਸੁਖਮਨੀ ਸਾਹਿਬ 'ਚ ਪੜ੍ਹਦੇ ਹੋ, ਉੱਥੇ 4 ਸਪੈਲ ਹੋਇਆ ਸਿਆਰੀ ਦੇ ਨਾਲ। ਮੀਨ ਨਿਊਮਰਲ ਨੰਬਰ, ਗਿਣਤੀ ਹੈ, ਗਿਣਤੀ ਦਾ ਇੱਥੋਂ ਪਤਾ ਲੱਗ ਜਾਂਦਾ। ਜਾਂ ਤੁਸੀਂ ਪੜ੍ਹਦੇ ਹੋ 4 ਵੇਦ ਅਰ ਸਿਮਰਤ ਪੁਰਾਣਾ ਕਮਲਾ ਪਤ ਕਮਲਾ ਨਹੀਂ ਜਾਣਨਾ, ਬਾਬਾ ਕਬੀਰ ਜੀ ਦਾ ਸ਼ਬਦ ਹੁਕਮਨਾਮੇ 'ਚ ਆਉਂਦਾ। ਸਿਰਫ ਇਗਜ਼ਾਮਪਲ ਰੂਪ 'ਚ ਬਾਤ ਕਰ ਰਿਹਾ। ਇਹ 4 ਹੈ ਗਿਣਤੀ ਵਾਲਾ, ਨਿਊਮਰਲ ਨੰਬਰ ਵਾਲਾ। ਜਦੋਂ ਨੰਬਰ ਵਾਲਾ 4 ਆਏਗਾ ਐਵੇਂ ਸਪੈਲ ਹੋਏਗਾ। ਜਦੋਂ 4 ਉਮਦਾ ਖੂਬਸੂਰਤ ਜਾਂ ਬਹੁਤ ਵਡਿਆਉਣ ਵਾਲੀ ਚੀਜ਼ ਵਾਸਤੇ ਆਏਗਾ, ਉਦੋਂ ਆਵੇਗਾ ਜਿਵੇਂ ਆਹ 4 ਆਇਆ ਹੈ। ਕੋਈ ਵਾਹਿਗੁਰੂ ਨੂੰ ਗਾਉਂਦਾ ਆ ਉਹਦੇ ਬਹੁਤ ਉਮਦਾ ਗੁਣਾਂ ਦੀ ਬਾਤ ਕਰਕੇ, ਗਾਵੇ ਕੋ ਗੁਣ ਵਡਿਆਈਆਂ 4। ਹੁਣ ਇਹਨੂੰ ਇਸ ਤਰੀਕੇ ਨਾਲ ਦੇਖ ਲੈਣਾ, ਹਰ ਚੀਜ਼ ਐਕਸਪਲੇਨੇਸ਼ਨ 'ਤੇ ਖੜੀ ਹੈ। ਮੈਂ ਅੱਗੇ ਅਗਲੀਆਂ ਸਤਰਾਂ 'ਚ ਬਾਤ ਪਾਵਾਂ, ਪਰ ਟੂਕ ਮਾਤਰ। ਬੰਦਾ ਕਹਿੰਦਾ ਰੱਬ ਦੇ ਗੁਣ ਗਾਓ, ਰੱਬ ਦੀ ਵਡਿਆਈ ਕਰੋ। ਸਿੰਪਲ ਵੇ ਨਾਲ ਮੁੱਚ ਅਦਨੇ ਵਰਗਾ ਮਨੁੱਖ ਕਹੇਗਾ ਕਾਹਦੀ ਵਡਿਆਈ ਗਾਉਣੀ ਹੈ? ਇੱਕ ਵੀ ਗੱਲ ਨਹੀਂ ਰੱਬ ਮੰਨਦਾ, ਇੱਕ ਵੀ ਮੇਰੀ ਮੁਤਾਬਕ ਕੰਮ ਨਹੀਂ ਕਰ ਰਿਹਾ, ਕੁਛ ਵੀ ਇਸ ਤਰੀਕੇ ਨਾਲ ਨਹੀਂ ਹੋ ਰਿਹਾ, ਇਹਦਾ ਮਤਲਬ ਮੈਂ ਤਾਂ ਗਾ ਹੀ ਨਹੀਂ ਸਕਦਾ ਜੀ ਉਸਨੂੰ। ਫਿਰ ਬੇਨਤੀ ਕਰਾਂਗਾ, ਇਹ ਸਾਡੀ ਸਾਰੀ ਇੰਟਰਪ੍ਰਿਟੇਸ਼ਨ ਆ, ਇਹਦੇ 'ਚ ਹੋਰ ਕੁਛ ਵੀ ਨਹੀਂ ਗਾ, ਇੰਟਰਪ੍ਰਿਟੇਸ਼ਨ ਹੈ, ਵਿਆਖਿਆ 'ਤੇ ਖੜੀ ਹੈ ਸਾਰੇ ਦੀ ਸਾਰੀ ਚੀਜ਼। ਜਿਸ ਚੀਜ਼ ਨੂੰ ਮੈਂ ਜੇ ਹੁਣੇ ਗਰਮੀ ਦੀ ਗੱਲ ਕੀਤੀ, ਗਰਮੀ ਬਹੁਤ ਦੁੱਖ ਆ, ਇੰਟਰਪ੍ਰਿਟੇਸ਼ਨ ਕਰੋ ਇਹਦੀ, ਗਰਮੀ ਮਹਾਂ ਸੁੱਖ ਆ ਸਾਡੇ ਵਾਸਤੇ। ਦੇਖੋ ਤੁਸੀਂ, ਸਨੋਹ ਮਹਾਂ ਦੁੱਖ ਆ, ਸਨੋਹ ਸਾਡੇ ਵਾਸਤੇ ਮਹਾਂ ਸੁੱਖ ਆ, ਇੰਟਰਪ੍ਰਿਟੇਸ਼ਨ ਆ। ਜਿਸ ਐਂਗਲ ਤੋਂ ਤੁਸੀਂ ਚੀਜ਼ਾਂ ਨੂੰ ਦੇਖੋਗੇ ਤੁਹਾਨੂੰ ਪਤਾ ਲੱਗੇਗਾ ਇਹ ਕਿਵੇਂ ਆ ਰਿਹਾ, ਦੁੱਖ ਕੀ ਹੁੰਦਾ ਹੈ। ਫਿਰ ਕਹੋ ਨਾ, ਥੋੜ੍ਹਾ ਜਿਹਾ ਧਿਆਨ ਨਾਲ ਮੈਂ ਬੇਨਤੀ ਕਰਨ ਲੱਗਾ। ਇੱਕ ਬੱਚਾ ਆਇਆ ਛੋਟਾ ਜਿਹਾ, ਅਤੇ ਉਸ ਬੱਚੇ ਨੂੰ ਮਾਂ ਬਾਪ ਦੀ ਲੋੜ ਹੈ ਬਹੁਤ ਜ਼ਿਆਦਾ, ਮਾਂ ਨੇ ਸੰਭਾਲਣਾ, ਪਿਤਾ ਨੇ ਕੇਅਰ ਕਰਨੀ ਹੈ, ਸਾਰਾ ਕੁਛ। ਮਾਫ਼ੀ ਮੰਗਦੇ ਹੋ, ਲਫ਼ਜ਼ ਕਹਿ ਰਿਹਾ, ਉਹਦੇ ਕੋਲੋਂ ਮਾਂ ਬਾਪ ਦੂਰ ਕਰ ਦਿਓ। ਕੀ ਹੈ? ਦੁੱਖ, ਦੁੱਖ। ਹਾਲਾਂਕਿ ਸਟੱਡੀਜ਼ ਇਹ ਦੱਸਦੀਆਂ ਨੇ, ਤੁਸੀਂ ਨਾ ਗੂਗਲ ਕਰਿਓ ਜੇ ਬਾਇਓ ਹਿਸਟਰੀ ਆਫ ਅਮੈਰੀਕਨ ਪ੍ਰੈਜ਼ੀਡੈਂਟਸ, ਬਹੁਤਿਆਂ ਵਿੱਚ ਤੁਹਾਨੂੰ ਸਿੰਗਲ ਪੇਰੈਂਟ ਦਾ ਰੇਜ਼ ਕੀਤਾ ਹੋਇਆ ਬੱਚਾ ਪ੍ਰੈਜ਼ੀਡੈਂਟ ਮਿਲੇਗਾ, ਸਿੰਗਲ ਪੇਰੈਂਟ।
ਕਿਉਂਕਿ ਜਿਹੜੀ ਘਾੜਤ ਆ ਨਾ, ਦੇਖੋ ਸਪੋਜ਼ ਸਰਲ ਕਰਦੀ ਹੈ, ਆਪਾਂ ਗਮਲੇ 'ਚ ਫੁੱਲ ਲਾਉਂਦੇ ਹਾਂ ਘਰਾਂ ਦੇ ਅੰਦਰ, ਸਿਆਣੇ ਲੋਕ ਕਹਿੰਦੇ ਨੇ ਬਿਲਕੁਲ ਠੀਕ ਹੈ, ਗਮਲਿਆਂ 'ਚ ਛੋਟੇ ਛੋਟੇ ਫੁੱਲ ਲਾ ਸਕਦੇ ਹੋ, ਗਮਲੇ ਨੂੰ ਪਾਣੀ ਪਾਓਗੇ, ਕੇਅਰ ਕਰੋਗੇ, ਛੱਤ ਰੱਖੋਗੇ, ਸਾਰਾ ਧੁੱਪੇ ਛਾਵੇਂ, ਜਿੰਨੇ ਬੋਰਡ ਬਣਨਾ ਨਾ ਉਹ ਗਮਲੇ 'ਚ ਨਹੀਂ ਲੱਗਦਾ। ਅੱਛਾ, ਉਹਨੂੰ ਜਗ੍ਹਾ ਵੀ ਨਹੀਂ ਮਿਲਦੀ। ਬੋਰਡ ਤੁਸੀਂ ਕਿੱਥੇ ਉੱਗੇ ਦੇਖੇ ਨੇ? ਖੂਹ ਦੀਆਂ ਮਾਨਾਂ ਵਿੱਚ, ਚਵਾਰਿਆਂ ਦੇ ਉੱਤੇ, ਬਿਰਖਾਂ ਦੇ ਵਿੱਚ। ਇਹਦੇ ਬਾਰੇ ਕਿਸੇ ਨੂੰ ਡਿਟੇਲ ਬਾਤ ਕਰਾਂ, ਮੈਂ ਟੂਕ ਮੰਤਰ ਬੇਨਤੀ ਕਰ ਰਿਹਾ। ਅੱਛਾ, ਐਕਸਪਲੇਨੇਸ਼ਨ ਸਭ ਚੀਜ਼ ਉੱਤੇ ਖੜੀ ਹੈ। ਜੇ ਆਪਾਂ ਦੇਖੀਏ ਤਾਂ ਗੁਰੂ ਹਰਗੋਬਿੰਦ ਸਾਹਿਬ ਦਾ ਜੀਵਨ ਪੜ੍ਹੋ, ਪਿਤਾ ਜੀ ਕਿਸ ਉਮਰੇ ਚਲੇ ਗਏ। ਮਤਲਬ ਅਸੀਂ ਕਹਿੰਦੇ ਹਾਂ ਉਹ ਮਤਲਬ ਸਭ ਤੋਂ ਵੱਡੇ ਯੋਧੇ ਮਹਾਂਪੁਰਖ ਦੇ ਰੂਪ ਵਿੱਚ, ਮਹਾਂਬਲੀ ਯੋਧਿਆਂ ਦੇ ਰੂਪ ਦੇ ਅੰਦਰ। ਇਹ ਸਾਰੀ ਐਕਸਪਲੇਨੇਸ਼ਨ ਆ। ਇਸੇ ਕਰਕੇ ਜਿਹੜੀ ਇੰਟਰਪ੍ਰਿਟੇਸ਼ਨ ਆ ਇਹ ਸਭ ਕਾਸੇ ਦੇ ਉੱਤੇ ਡਿਪੈਂਡ ਕਰਦੀ ਹੈ। ਜਿਹੜੀ ਸੰਗਤ ਹੈ ਨਾ, ਫਿਰ ਮੈਂ ਬੇਨਤੀ ਕਰ ਰਿਹਾ, ਸੰਗਤ ਮੇਨ ਰੋਲ ਪਲੇ ਕਰੇਗੀ। ਜਿਵੇਂ ਦੀ ਸੰਗਤ ਤੁਹਾਨੂੰ ਫੀਡ ਕਰੇਗੀ, ਜਿਵੇਂ ਚੀਜ਼ਾਂ ਫੀਡ ਕਰਨਗੇ। ਇੱਕ ਛੋਟੀ ਜਿਹੀ ਐਗਜ਼ਾਮਪਲ ਹੋਰ ਦੇ ਦੇਣਾ, ਗਾਵੈ ਕੋ ਗੁਣ ਵਡਿਆਈਆਂ ਚਾਰ। ਵੇਖਣ ਦਾ ਨਜ਼ਰੀਆ ਲੈ ਆਓ, ਚੀਜ਼ਾਂ ਦੇ ਵਿੱਚ ਸ਼ੁਭਤਾ, ਗੁਣ, ਵਡਿਆਈ ਸਭ ਕੁਝ ਦਿਸੇਗਾ, ਅਤੇ ਸਾਰੇ ਕਾਸੇ ਦੇ ਪਿੱਛੇ, ਸਾਰੇ ਨਿਜ਼ਾਮ ਦੇ ਪਿੱਛੇ ਵਾਹਿਗੁਰੂ ਆਪ ਬੈਠਾ ਹੈ, ਪਤਾ ਲੱਗੇਗਾ ਹਾਂ ਇਹੀ ਹੈ ਜੀ। ਉਹਦੀ ਫਿਰ ਵਡਿਆਈ ਕਰੋਗੇ, ਸਿਫਤ ਕਰੋਗੇ। ਮੈਂ ਇੱਕ ਥੈਰੇਪਿਸਟ ਦੀ ਤਰ੍ਹਾਂ ਅਸੀਂ ਕੰਮ ਕਰਦੇ ਹਾਂ, ਕਾਉਂਸਲਰ ਦੇ ਤੌਰ 'ਤੇ। ਸਾਡੇ ਕੋਲ ਮੋਸਟਲੀ ਹੁਣ ਘੱਟ ਕਰਦਾ, ਇੰਨਾ ਟਾਈਮ ਨਹੀਂ ਹੁੰਦਾ ਮੇਰੇ ਕੋਲ ਫੈਮਿਲੀ ਥੈਰੇਪੀ ਦਾ ਕੰਮ, ਕਿਉਂਕਿ ਬਹੁਤ ਟਾਈਮ ਕੰਜ਼ਿਊਮਿੰਗ ਹੋ ਜਾਂਦਾ। ਹਸਬੈਂਡ ਵਾਈਫ ਵਿੱਚ ਝਗੜਾ ਹੋ ਗਿਆ, ਇੱਥੇ ਸੋਰੀ ਬਾਤ ਆਈ, ਚਲੋ ਮੈਂ ਉਹ ਵੀ ਬੇਨਤੀ ਕਰਦੇ ਹਾਂ। ਅਸੀਂ ਵੈਸੇ ਪ੍ਰੀ ਮੈਰਿਟਲ ਕਾਉਂਸਲਿੰਗ ਫਰੀ ਆਫ ਕੋਸਟ ਪ੍ਰੋਵਾਈਡ ਕਰਨ ਵਾਸਤੇ ਐਫਰਟ ਪਾ ਰਹੇ ਹਾਂ। ਜੇ ਕਿਸੇ ਨੇ ਲੈਣੀ ਹੋਏ ਤਾਂ, ਵੈਸੇ ਚੀਜ਼ ਐਵੇਂ ਜਿਵੇਂ ਸੇਲ 'ਤੇ ਲੱਗੀ ਹੋਏ, ਕੋਈ ਬੰਦਾ ਕਹਿੰਦਾ ਤਾਂ ਕੋਈ ਖਰੀਦਦਾਰ ਨਹੀਂ ਹੈਗਾ। ਇਟਸ ਅਨਬਿਲੀਵੇਬਲ ਥਿੰਗ, ਬਟ ਸਮ ਹਾਓ ਇਫ ਸਮਨ ਇਜ਼ ਇੰਟਰਸਟਿਡ, ਹੂ ਐਵਰ ਇਜ਼ ਗੈਟਿੰਗ ਮੈਰਿਡ ਇਨ ਦਿਸ ਈਅਰ ਔਰ ਨੈਕਸਟ ਈਅਰ, ਦੋਜ਼ ਪੀਪਲ ਕੈਨ ਕਮ ਇਨ ਆਵਰ ਕਲਾਸ ਵਿਦਆਊਟ ਐਨੀ ਕੋਸਟ। ਇਸ ਕਰਕੇ ਤਾਂ ਕਿ ਸੋਸਾਇਟੀ ਦੇ ਵਿੱਚ ਅਸੀਂ ਕੋਈ ਚੰਗਾ ਕਰ ਸਕੀਏ, ਨਹੀਂ ਤਾਂ ਅਸੀਂ ਤਾਂ ਬੈਨਰ ਲਗਾ ਦੇਵਾਂਗੇ ਇੱਕ ਅੱਧਾ, ਅੱਧੇ ਤੋਂ ਵੱਧ ਵਿਆਹ ਸਾਲ ਨਹੀਂ ਕ੍ਰੋਸ ਕਰ ਰਿਹਾ। ਅਤੇ ਇਹ ਮੇਰਾ ਨਹੀਂ ਗਾ, ਕੈਨੇਡੀਅਨ ਵੈਬਸਾਈਟ ਦਾ ਡਾਟਾ ਹੈ, ਕੈਨੇਡੀਅਨ ਸਟੈਟਿਕਸ ਦਾ ਡਾਟਾ ਹੈਗਾ। ਤੁਸੀਂ ਜੇ ਹੋਰ ਡੀਪ ਲੈਵਲ 'ਤੇ ਸੋਸਾਇਟੀ 'ਚ ਆਲੇ ਦੁਆਲੇ ਝਾਤ ਮਾਰ ਕੇ ਦੇਖੋ, ਤੁਹਾਨੂੰ ਦਿਸ ਜਾ ਕੇ ਨਜ਼ਰ ਆ ਜਾਏਗਾ ਸਾਰਾ ਕੁਛ, ਇਹ ਰਿਐਲਿਟੀ ਹੈ। ਟੂਕ ਮਾਤਰੀ ਦੀ ਬੇਨਤੀ ਕਰ ਲੈਂਦਾ, ਉਹਨੂੰ ਸਿਰਫ ਧਿਆਨ ਦਿਆ ਜੇ। ਹਸਬੈਂਡ ਵਾਈਫ ਦੋਨਾਂ ਝਗੜਾ ਹੋ ਗਿਆ, ਕਹਿਣ ਲੱਗੇ ਲੈਟਸ ਗੋ ਐਕਚੁਅਲੀ ਲੈਟਸ ਹੈਵ ਸੈਪਰੇਸ਼ਨ। ਕਿਸੇ ਨੇ ਕਿਹਾ ਨੋ, ਟਰਾਈ ਕਰੋ। ਚਲੋ ਕੋਰਟ ਨੇ ਕਿਹਾ, ਹਾਲਾਂਕਿ ਕਹਿੰਦੇ ਨਹੀਂ ਕੋਰਟ ਨੂੰ ਬਹੁਤੀ ਕੇਅਰ ਨਹੀਂ ਹੈਗੀ ਸਾਡੇ ਉੱਥੇ, ਕਹਿੰਦੇ ਇੱਥੇ ਬਹੁਤੀ ਕਹਿੰਦੇ ਸੋਕੇ ਦੇਖੋ, ਕਿਉਂਕਿ ਡੋਮੈਸਟਿਕ ਵਾਇਲੈਂਸ ਦੀ ਬੜੀ ਸਮੱਸਿਆ ਇੱਥੇ, ਖਾਸ ਕਰਕੇ ਵਿਮੈਨ ਜਿਹੜਾ ਇੰਟੀਮੇਟ ਪਾਰਟਨਰ ਰਿਲੇਸ਼ਨਸ਼ਿਪ ਦੇ ਵਿੱਚ ਜਿਹੜੀ ਔਰਤਾਂ ਦੀ ਬਹੁਤ ਜ਼ਿਆਦਾ ਮਾਰ ਕੁਟਾਈ ਵੀ ਹੈ ਅਤੇ ਮੌਤ ਵੀ ਬਹੁਤ ਹੈ। ਉਹ ਬਹੁਤ ਬਹੁਤ ਸਾਰੀਆਂ ਅਲਾਮਤਾਂ ਨੇ ਉਸ ਲੈਵਲ 'ਤੇ। ਟੂਕ ਮਾਤਰੇ ਦੀ ਬੇਨਤੀ ਕਰਨ ਲੱਗਾ, ਉਹ 'ਚ ਹੋਇਆ ਹੁੰਦਾ ਕਿ ਉਹ ਆ ਗਏ, ਹਸਬੈਂਡ ਆ ਗਿਆ, ਵਾਈਫ ਆ ਗਿਆ, ਜਾਂ ਵੱਖਰੇ ਵੱਖਰੇ ਆ ਗਏ, ਅਤੇ ਉਹਨਾਂ ਨੂੰ ਆ ਕੇ ਪੁੱਛਿਆ ਗਿਆ ਵੀ ਓਕੇ ਆਈ ਐਮ ਹੇਅਰ ਜਸਟ ਸਮਨ ਸੁਜੈਸਟਿਡ ਮੀ, ਦੈਟਸ ਵਾਈ, ਅਦਰਵਾਈਜ਼ ਆਈ ਮੇਡ ਮਾਈ ਮਾਈਂਡ ਆਲਰੇਡੀ ਐਂਡ ਆਈ ਐਮ ਨੋਟ ਗੋਇੰਗ ਟੂ ਲਿਸਨ ਯੂ ਐਟ ਆਲ। ਮੈਂ ਕਿਹਾ ਜੀ ਮੈਂ ਤਾਂ ਤੁਹਾਨੂੰ ਕੁਝ ਸੁਣਾਉਣਾ ਹੀ ਨਹੀਂ, ਮੈਂ ਤਾਂ ਸੁਣਨਾ ਤੁਹਾਡੇ ਕੋਲੋਂ। ਅੱਛਾ, ਸੁਣਨਾ ਇਹ ਹੈ ਕਿ ਤੁਹਾਡੀ ਇਹ ਮੈਰਿਜ ਜਿਹੜੀ ਨਾ ਫੋਰਸਫੁੱਲ ਮੈਰਿਜ ਹੋਣੀ ਹੈ, ਮਤਲਬ ਅਰੇਂਜ ਮੈਰਿਜ ਹੋਣੀ ਹੈ, ਮਾਪਿਆਂ ਨੇ ਫੋਰਸਫੁੱਲੀ ਕੀਤੀ ਹੋਣੀ। ਨੋ 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 ਭਾਈ ਸਾਹਿਬ, ਇਟ ਵਾਜ਼ ਲਵ ਮੈਰਿਜ। ਓ ਅੱਛਾ, ਆਈ ਵਾਜ਼ ਟੋਟਲੀ ਸੋਰੀ ਫਾਰ ਦੈਟ, ਹੈ ਨਾ। ਮਤਲਬ ਇਸ ਰੂਪ ਵਿੱਚ ਮੈਂ ਕੈਨੇਡੀਅਨ ਕਲਚਰ 'ਚ ਗੱਲ ਕਰ ਰਿਹਾ। ਅੱਛਾ ਠੀਕ ਹੈ, ਅੱਛਾ ਲਵ ਮੈਰਿਜ ਐਂਡ ਸਟਿਲ, ਅੱਛਾ ਹਾਓ ਲੌਂਗ ਯੂ ਗਾਇਜ਼ ਹੈਵ ਬੀਨ ਮੈਰਿਡ? ਆਈ ਥਿੰਕ ਫਰੋਮ ਸੈਂਚਰੀਜ਼, ਬਟ ਇਨ ਟਾਈਮ ਵਾਈਜ਼ ਫਰੋਮ ਲਾਸਟ 8 ਮੰਥ, ਸੈਂਚਰੀ ਇਸ ਕਰਕੇ ਲੱਗਦਾ ਪਹਾੜ ਜਿਹੜਾ ਟਾਈਮ ਔਖਾ ਬੜਾ ਸੀਗਾ, ਪਰ 8 ਮਹੀਨੇ ਹੋਏ, ਸਾਲ ਹੋਇਆ। ਠੀਕ ਹੈ, ਓਕੇ। ਅੱਛਾ, ਤੁਸੀਂ ਵਿਆਹ ਕਿਉਂ ਕਰਵਾਇਆ?
ਬੰਦਾ ਸਿੱਧ ਤੌਰ 'ਤੇ ਕਹਿੰਦਾ ਬਿਕੋਜ਼ ਆਈ ਵਾਜ਼ ਡੰਬ ਦੈਟ ਟਾਈਮ, ਦੈਟਸ ਆਲ, ਓਕੇ ਠੀਕ ਹੈ, ਆਈ ਗਾਟ ਇਟ, ਮੈਨੂੰ ਪਤਾ ਲੱਗ ਗਿਆ, ਪਰ ਫਿਰ ਵੀ ਕੁਛ ਤਾਂ ਹੋਇਆ ਹੋਏਗਾ ਇਹੋ ਜਿਹਾ, ਨੋ 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 ਦੈਟ ਟਾਈਮ ਆਈ ਆਈ ਡਿਡਨਟ ਹੈਵ ਪ੍ਰੋਪਰ ਵਿਜ਼ਨ, ਇਹੋ ਜਿਹੀਆਂ ਗੱਲਾਂ ਕੀਤੀਆਂ ਅਖੀਰ ਦੇ 'ਚ ਐਜ਼ ਏ ਜੇ ਕਾਉਂਸਲਰ ਕਵਾਂ ਮੈਂ, ਪੇਪਰ ਉਹਦੇ ਅੱਗੇ ਰੱਖਿਆ, ਪੈੱਨ ਰੱਖਿਆ, ਓਕੇ ਜਿਸ ਬੰਦੇ ਨਾਲ ਵਿਆਹ ਕਰਵਾਇਆ ਹੈਗਾ ਉਹਦੇ 'ਚ ਕੋਈ ਇੱਕ ਖੂਬੀ ਤਾਂ ਦਿਸਦੀ ਹੋਏਗੀ, ਉਹ ਲਿਖੇ ਦੇ ਗੁੱਡ ਲੁਕਿੰਗ, ਠੀਕ ਹੈ ਜੀ, ਥੋੜ੍ਹੀ ਹੋਰ ਕੋਈ ਕੇਅਰਿੰਗ, ਥੋੜ੍ਹੀ ਹੋਰ ਕੋਈ ਫੈਮਿਲੀ ਵੈਲਿਊਜ਼, ਜਿੱਥੋਂ ਆਪ ਹੈਰਾਨ ਹੋਵੋਗੇ ਅਸੀਂ ਜਦੋਂ ਇੱਕ ਇੱਕ ਕਰਕੇ ਐਵੇਂ ਕਰਦੇ ਹਾਂ, 40-40 ਕੁਆਲਿਟੀਜ਼ ਲਿਖੀਆਂ ਜਾਂਦੀਆਂ, 40-40। ਹੁਣ ਪੇਪਰ ਫਲਿੱਪ ਕਰੋ, ਵਾਈ ਡੂ ਵਾਂਟ ਟੂ ਲੀਵ ਦਿਸ ਕਾਇੰਡ ਆਫ ਪਰਸਨ, ਹੀ ਇਜ਼ ਨੋਟ ਏਬਲ ਟੂ ਅੰਡਰਸਟੈਂਡ ਮੀ, ਨੋਟ ਹੀ ਇਜ਼ ਨੋਟ ਐਕਚੁਲੀ ਹੀ ਔਰ ਸ਼ੀ ਡਜ਼ਨਟ ਲਿਸਨ ਮੀ, ਵਿੱਚ ਬਹੁਤ ਡੀਪ ਲੈਵਲ 'ਤੇ ਵੇਖੋਗੇ 2-3 ਤੋਂ ਬਾਅਦ ਚੀਜ਼ਾਂ ਖਤਮ ਹੋ ਜਾਣਗੀਆਂ, ਈਗੋ ਜਾਂ ਕੁਝ ਇਸ ਕਿਸਮ ਦੀ ਬਾਤ। ਉਹ ਕੀ ਹੋਇਆ, ਜਿਹੜੀ ਖੂਬੀ ਸੀਗੀ ਉਹ ਸਾਰੀ ਦੀ ਸਾਰੀ ਓਵਰਸੀਜ਼ ਹੋ ਗਈ, ਅਤੇ ਸਿਰਫ ਇੱਕ ਚੀਜ਼ ਦੇ ਬਸ, ਇਹ ਨਹੀਂ ਗਾ ਕਿ ਉਹ ਕੀ ਚੀਜ਼ ਉਹ ਉਹ ਐਕਸੈਪਟ ਕਰ ਲਈ ਜਾਏ, ਨਹੀਂ, ਉਹ ਵੀ ਦੂਰ ਹੋ ਸਕਦੀ, ਉੱਧਰ ਵੀ ਕੰਮ ਕਰਨਾ ਨਹੀਂ ਹੁੰਦੀ, ਸੋ ਕੇ ਲੀਵ ਇਟ, ਬਟ ਐਟ ਦ ਸੇਮ ਟਾਈਮ ਵਿਜ਼ਨ 'ਤੇ ਸਹੀ ਕਰੀਏ। ਰੱਬ ਦੇ ਬਾਰੇ ਮੈਨੂੰ ਕਿੰਨੇ ਇਤਰਾਜ਼ ਹੋਣਗੇ, ਤੁਸੀਂ ਮੈਨੂੰ ਬਿਠਾ ਲਓ ਕਿਤੇ, ਮੈਨੂੰ ਕੋ ਰੱਬ ਕਿੱਦਾਂ, ਮੈਂ ਕਹਾਂ ਮੈਂ ਦੱਸਦਾ ਰੱਬ ਕਿੱਦਾਂ, ਸਵੇਰੇ ਆਹ ਕਿਹਾ ਸੀ ਉਹ ਨਹੀਂ ਪੂਰਾ ਕੀਤਾ, ਦੁਪਹਿਰੇ ਕਿਹਾ ਸੀ ਉਹ, ਸ਼ਾਮੀ ਕਿਹਾ ਸੀ ਉਹ, ਰਾਤੀ ਫਿਰ ਇਹ ਕਿਹਾ ਸੀ ਕੋਈ ਪੂਰਾ ਨਹੀਂ ਕੀਤਾ, ਵਾਹਿਗੁਰੂ ਸ਼ੁਕਰ ਹੈ ਉਹਨੇ ਨਹੀਂ ਪੂਰਾ ਕੀਤਾ, ਜੋ ਸਾਰੇ ਹੀ ਪੂਰਾ ਕਰ ਦਿੰਦਾ ਸ਼ਾਮ ਤੱਕ। ਤਾਂ ਇੱਕ ਸ਼ਾਇਦ ਜੇ ਮੈਂ ਭੁਲੇਖਾ ਨਹੀਂ ਕਰਦਾ, ਟਾਲ ਸਟੋਏ ਦੀ ਲਿਖੀ ਕਹਾਣੀ ਸ਼ਾਇਦ ਪੜ੍ਹੀ ਹੋਈ ਕਿਤੇ, ਓ ਗੋਡ ਆਈ ਐਮ ਵੈਰੀ ਥੈਂਕਫੁਲ ਟੂ ਯੂ ਬਿਕੋਜ਼ ਯੂ ਡਿਡਨਟ ਲਿਸਨ ਦੀਜ ਮਾਈ ਪ੍ਰੇਅਰਸ, ਸੋ ਦੈਟਸ ਵਾਈ ਆਈ ਐਮ ਵੈਰੀ ਥੈਂਕਫੁਲ ਟੂ ਯੂ, ਤੂੰ ਮੇਰੀਆਂ ਕੁਝ ਨਾ ਅਰਦਾਸਾਂ ਨੇ ਨਾ ਸੁਣੀਆਂ, ਰੱਬਾ ਮੈਂ ਤੇਰਾ ਬੜਾ ਧੰਨਵਾਦ ਕਰਦਾ। ਅੱਛਾ ਹੁਣ ਅਰਦਾਸਾਂ ਕਰ, ਅਰਦਾਸਾਂ ਦੱਸਦੇ, ਪਰ ਅਰਦਾਸਾਂ ਤੂੰ ਕਿਹੜੀਆਂ ਨਹੀਂ ਸੁਣੀਆਂ ਮੇਰੀਆਂ। ਜਦੋਂ ਨਾ ਮੈਂ ਸਕੂਲ ਜਾ ਰਿਹਾ ਸੀ ਗ੍ਰੇਡ 6 ਦੇ ਵਿੱਚ, ਅਤੇ ਸਾਡੇ ਕਲਾਸਮੇਟ ਨੂੰ ਰਿਸੈਸ ਟਾਈਮ ਦੇ ਵਿੱਚ ਡਿੱਗ ਕੇ ਬਾਂਹ ਟੁੱਟ ਗਈ ਸੀ ਉਹਦੀ, ਅਤੇ ਜਦੋਂ ਬਾਂਹ ਟੁੱਟ ਗਈ ਉਹਦੀ, ਉਹਨੂੰ ਇੰਨੀ ਅਟੈਨਸ਼ਨ ਮਿਲੀ, ਸਾਰਾ ਸਕੂਲ ਉਹਨੂੰ ਵੇਖਣ ਵਾਸਤੇ ਆਇਆ, ਟੀਚਰਸ ਨੇ ਸਟਾਫ ਰੂਮ ਵਿੱਚ ਉਹਨੂੰ ਲਿਜਾਣਾ ਕੀਤਾ, ਉਹਨੂੰ ਸਪੈਸ਼ਲ 2 ਕੈਂਡੀਜ਼ ਮਿਲੀਆਂ, ਹਾਫ ਡੇ ਸਕੂਲ ਦਾ ਆਫ ਹੋ ਗਿਆ ਉਹਦਾ, ਉਹਨੂੰ ਕੋਈ ਟੀਚਰ ਇੱਕ ਸਪੈਸੀਫਿਕਲੀ ਐਂਬੂਲੈਂਸ 'ਚ ਲੈ ਕੇ ਗਿਆ, ਜਦੋਂ ਵਾਪਸ ਆਇਆ ਚਿੱਟੇ ਰੰਗ ਦਾ ਬਿਲਕੁਲ ਪਲਸਤਰ ਚੜਿਆ, ਉਹਦੇ ਉੱਤੇ ਸਾਰੀ ਕਲਾਸ ਨੇ ਗੱਟਵੈਲ ਸੂਨ ਦੇ ਨਾਲ ਸਿਗਨੇਚਰ ਕੀਤੇ, ਐਡਾ ਸੋਹਣਾ ਲੱਗੇ, ਡਰਾਇੰਗ ਵਾਲੇ ਟੀਚਰ ਨੇ ਉੱਤੇ ਬੜਾ ਸੋਹਣਾ ਫੁੱਲ ਬਣਾਇਆ। ਅੱਛਾ ਨੈਕਸਟ ਡੇ ਉਹ ਸੀਗਾ ਟੈਸਟ, ਉਹਨੂੰ ਟੈਸਟ ਤੋਂ ਛੂਟ ਮਿਲ ਗਈ, ਰੱਬਾ ਮੈਂ ਸਾਰੀ ਰਾਤ ਅਰਦਾਸ ਕਰਦਾ ਰਿਹਾ, ਮੇਰੇ ਭਾਣ ਸਵੇਰੇ ਮੇਰੀ ਵਾਰੀ ਹੈ, ਮੇਰੀ ਬਾਂਹ ਟੁੱਟਣੀ ਚਾਹੀਦੀ ਹੈ, ਕਿੱਡੀ ਮੌਜ ਆ, ਦੇਖੋ ਕਮਾਲ ਹੋ ਗਈ, ਰੱਬਾ ਤੂੰ ਨਾ ਬਸ ਹੁਣ ਬਸ ਕਿਰਪਾ ਕਰ ਦੀ ਹਨਾ, ਰੱਬਾ ਮੈਂ ਕੋਈ 6 ਮਹੀਨੇ ਅਰਦਾਸਾਂ ਕਰਦਾ ਰਿਹਾ, ਤੂੰ ਮੇਰੀ ਅਰਦਾਸ ਨਹੀਂ ਸੁਣੀ, ਉਦੋਂ ਮੈਨੂੰ ਬੜਾ ਗੁੱਸਾ ਆਇਆ ਤੇਰੇ 'ਤੇ, ਹੁਣ ਮੈਂ ਕਹਿੰਦਾ ਆਮ ਵੈਰੀ ਥੈਂਕਫੁਲ ਟੂ ਯੂ, ਤੂੰ ਮੇਰੀ ਅਰਦਾਸ ਨਹੀਂ ਸੁਣੀ। ਇਹ ਸਾਡੀ ਹੀ ਇਨੀਟਰੇਸ਼ਨ ਆ, ਬਾਬਾ ਜੀ ਕਹਿੰਦੇ ਗਾਵੇ ਕੋ ਗੁਣ ਵਡਿਆਈਆਂ 4। ਜਦੋਂ ਵਿਜ਼ਨ ਆ ਗਿਆ ਉਦੋਂ ਤੁਹਾਨੂੰ ਜਿਹੜਾ ਬੁਰਿਆ ਹੈ, ਜਿਹੜਾ ਮਾੜਾਪਨ ਵੀ ਹੈ, ਉਹਦੇ 'ਚ ਵੀ ਤੁਹਾਨੂੰ ਅਛਿਆਈ ਦਾ ਰੰਗ ਦਿਸਣਾ ਸ਼ੁਰੂ ਹੋਏਗਾ। ਜਦੋਂ ਇਹ ਚੀਜ਼ਾਂ ਨੇ, ਮਤਲਬ ਬਾਬਾ ਜੀ ਕਹਿੰਦੇ ਇਹ ਹੈ ਸਿਫਤੋ ਸਲਾਹ, ਕੋਈ ਮਨੁੱਖ ਰੱਬ ਦੇ ਸੋਹਣੇ ਗੁਣ, ਸੋਹਣੀਆਂ ਵਡਿਆਈਆਂ ਵਰਣਨ ਕਰਦਾ ਹੈ, ਉਹਨਾਂ ਦੇ ਜ਼ਰੀਏ ਗਾਉਂਦਾ ਹੈ। ਆਪਾਂ ਸਾਰੇ ਇੱਕੋ ਭੇਜਦੇ ਹਾਂ, ਨਾਲ ਨਾਲ ਚਲੀ ਜਾਈਏ ਅੱਗੇ, ਕਿਉਂਕਿ ਅਦਰਵਾਈਜ਼ ਆਪਣਾ ਟਾਈਮ ਚਲੇ ਜਾਣਾ। ਗਾਵੇ ਕੋ ਵਿਦਿਆ ਵਿਖਮ ਵਿਚਾਰ। ਅੱਛਾ, ਗੁਣ ਵਡਿਆਈਆਂ 4 ਗਾਉਣ ਦਾ ਸਿੱਧਾ ਜਿਹਾ ਤਰੀਕਾ ਕੀ ਹੈ? ਮੈਂ ਇੱਥੇ ਬੈਠਾ ਤੇ ਮੈਂ ਕਰੀ ਜਾਵਾਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਕੋਈ ਮੈਨੂੰ ਆ ਕੇ ਪੁੱਛੇ ਕੀ ਕਰੀ ਜਾਂਦਾ ਤੂੰ, ਆਹ ਕੀ ਹੈ, ਯਾਰ ਰਾਮ ਰਾਮ ਕਹੀ ਜਾ, ਕੋਈ ਅੱਲਾ ਅੱਲਾ ਕਹੀ ਜਾ, ਮੈਂ ਵਾਹਿਗੁਰੂ ਕਹੀ ਜਾਵਾਂ, ਵਾਈ ਆਰ ਯੂ ਸੇਇੰਗ ਇਟ? ਅੱਛਾ, ਜੇ ਮੇਰੇ ਮਨ ਦਾ ਭਾਵ ਹੈ ਥੋੜ੍ਹਾ, ਤਾਂ ਮੈਂ ਉਹਨੂੰ ਕਹਿ ਸਕਾਂ, ਵਾਹ ਦਾ ਮਤਲਬ ਹੁੰਦਾ ਹੈ ਬਿਓਂਡ ਐਕਸਪਲੇਨੇਸ਼ਨ, ਵੰਡਰਫੁਲ।
ਆਈ ਐਮ ਜਸਟ ਸੇਇੰਗ ਟੂ ਗੁਰੂ ਸਾਹਿਬ ਔਰ ਵਾਹਿਗੁਰੂ ਯੂ ਆਰ ਬਿਯੋਂਡ ਐਕਸਪਲੇਨੇਸ਼ਨ ਆਈ ਐਮ ਸੋ ਮਚ ਐਟਲੀ ਯੂ ਕੈਨ ਸੇ ਹੈਪੀ ਵੈਨ ਆਈ ਰਿਸਾਈਟ ਯੂਰ ਨੇਮ ਬਿਕੋਜ਼ I cannot tell what you have done to me, what you have actually given to me, what you have blessed to me. So that's why I am saying, Vaheguru, Vaheguru. Mere varga koi banda kahega, eh koi bhakti nahi hai, eh koi bahut vaddi koi cheez nahi hai. Achha, asal Rab da gyan, Rab nu gauna ki hai, Rab naal judna ki hai. Gaave ko vidya, vikham vichar, badhiya okhi, philosophical way na. Tusi baitho aisiyan aisiyan gallan deep level te hon banda ke, kamaal ho gaye. Aa gall bandi Rab di gall. ਬਾਬਾ ਜੀ ਕਹਿੰਦੇ ਇਹ ਵੀ ਤਰੀਕਾ ਗਾਉਣ ਦਾ, ਐਵੇਂ ਵੀ ਗਾਇਆ ਜਾ ਸਕਦਾ, ਗਾਓ। ਜੇ ਬਹੁਤ ਤਾਲੀਮ ਹੈ, ਜੇ ਤੂੰ ਬਹੁਤ ਪੜ੍ਹਿਆ ਆ, ਜੇ ਤੂੰ ਬੜੀ ਵਿੱਦਿਆ ਤੇਰੇ ਕੋਲ, ਸਾਡਾ ਇੱਕ ਗੀਤਕਾਰ ਆ, ਤੂੰ ਪਿੱਛੇ ਕਰਕੇ ਉਹਨੇ ਕੁਝ ਗੀਤ ਲਿਖੇ ਤੇ ਕੁਝ ਗਵਾਈਆਂ ਨੇ ਗਾਏ ਨਹੀਂ ਗਏ, ਅਤੇ ਉਹਨੂੰ ਕੁਝ ਪੜ੍ਹੇ ਲਿਖੇ ਹੋਰ ਲੋਕਾਂ ਨੇ ਵੀ ਕੁਝ ਤਾਨੇ ਬੇਣੇ ਮਾਰੇ, ਉਹ ਆਪ ਗਾਉਣ ਲੱਗ ਗਿਆ, ਅਤੇ ਉਹ ਮੁੜ ਕੇ ਉਹਨੂੰ ਕਿਸੇ ਨੇ ਕਿਹਾ ਤੂੰ ਬੜਾ ਪੜ੍ਹਿਆ ਲਿਖਿਆ ਬਣਦਾ ਸੀ, ਤੇਰੇ ਤੋਂ ਜ਼ਿਆਦਾ ਪੜ੍ਹੇ ਲਿਖਿਆ, ਉਹ ਕਹਿੰਦਾ ਠੀਕ ਆ, ਕਹਿੰਦਾ ਸੱਜਣਾ ਵੀ ਮੈਂ ਤੈਨੂੰ ਇਹ ਗੱਲ ਦੱਸਾਂ ਵੀ ਜੇ ਤੂੰ ਵਾਕਿਆ 'ਚ ਕੁਝ ਕਿਤਾਬਾਂ ਪੜ੍ਹੀਆਂ ਨੇ ਨਾ, ਜੇ ਤੂੰ ਕਹਿੰਦਾ ਵੀ ਮੈਂ ਬਹੁਤ ਕਿਤਾਬਾਂ ਪੜ੍ਹੀਆਂ ਨੇ, ਫਿਰ ਤੈਨੂੰ ਪੁੱਛਣ ਵਾਲੀਆਂ ਗੱਲਾਂ ਬੜੀਆਂ ਨੇ। ਫਿਰ ਇੱਧਰ ਆ ਵੀ ਜੇ ਤੂੰ ਦਾਅਵਾ ਕਰਦਾ ਫਿਰ ਮੈਂ ਤੈਨੂੰ ਪੁੱਛਦਾ ਵੀ ਕੀ ਕੁਛ ਪੜ੍ਹਿਆ, ਤੂੰ ਕਿੰਨਾ ਕੁਛ ਜਾਣਦਾ ਤੂੰ। ਜਦੋਂ ਬੰਦਾ ਹਾਈਲੀ ਐਜੂਕੇਟਡ ਤਾਲੀਮ ਆਫਤਾ ਹੋ ਗਿਆ ਫਿਰ ਤੈਨੂੰ ਸਾਰਾ ਕੁਛ ਹੀ ਪੁੱਛਿਆ ਜਾ ਸਕਦਾ। ਜਿਨ੍ਹਾਂ ਨੇ ਸ਼ਾਸਤਰ ਪੈਦਾ ਕੀਤੇ, ਗਿਆਨ ਪੈਦਾ ਕੀਤਾ ਅਤੇ ਗਿਆਨ ਦੇ ਲੈਵਲ 'ਤੇ ਵੱਡੇ ਵੱਡੇ ਦਾਅਵੇ ਠੋਕ ਦਿੱਤੇ, ਅਤੇ ਬਾਬਾ ਜੀ ਕਹਿੰਦੇ ਫਿਰ ਠੀਕ ਹੈ ਭਾਈ, ਲੋਕਾਂ ਦਾ ਪੁੱਛਣਾ ਬਣਦਾ ਉਹਨਾਂ ਨੂੰ, ਅਤੇ ਅਸੀਂ ਕਹਿੰਦੇ ਸਭ, ਅਸੀਂ ਸਭ ਜਾਣਦੇ ਹਾਂ, ਆਈ ਨੋ ਐਵਰੀਥਿੰਗ, ਮੈਨੂੰ ਬੜਾ ਗਿਆਨ ਆ, ਮੈਂ ਬ੍ਰਹਮ ਵੇਤਾ ਹਾਂ, ਮੈਂ ਬ੍ਰਹਮ ਗਿਆਨੀ ਹਾਂ, ਮੈਂ ਬ੍ਰਾਹਮਣ ਹਾਂ। ਅਤੇ ਫਿਰ ਬਾਬਾ ਜੀ ਕਹਿੰਦੇ ਠੀਕ ਹੈ ਭਾਈ, ਲੋਕ ਆ ਕੇ ਪੁੱਛ ਸਕਦੇ ਨੇ ਵੀ ਤੂੰ ਬ੍ਰਹਮ ਵੇਤਾ ਹੈ, ਤੂੰ ਬ੍ਰਹਮ ਗਿਆਨੀ ਹੈ, ਇਹ ਦੱਸ ਧਰਤੀ ਕਿਉਂ ਹਿੱਲਦੀ ਹੈ, ਭੂਚਾਲ ਕਿਉਂ ਆਉਂਦਾ ਦੱਸ। ਜਦੋਂ ਇਸ ਰੂਪ ਦੇ ਵਿੱਚ ਦੇਖਿਆ ਜਾਏਗਾ ਤਾਂ ਫਿਰ ਕਿਹਾ ਜਾਏਗਾ, ਹਾਂ ਬੰਦਾ ਕਹੇਗਾ ਨਹੀਂ ਨਹੀਂ ਮੈਨੂੰ ਗਿਆਨ ਨਹੀਂ ਇਹਦੇ ਬਾਬਤ, ਪਰ ਇਹ ਹੈ ਵਿੱਦਿਆ ਹੈ, ਤਾਲੀਮ ਹੈ, ਇਹਦੇ ਜ਼ਰੀਏ ਵੀ ਵਾਹਿਗੁਰੂ ਦੀ ਵੱਡੀ ਜਿਹੜੀ ਉਸ ਬਾਤ ਨੂੰ ਪਾਓ, ਉਹਨੂੰ ਦੇਖੋ। ਜਿਵੇਂ ਮੈਂ ਕਿਹਾ ਓਕੂਪਾਈ ਕਰਨੀ ਆਪਣੀ ਸੁਰਤ ਕਿਤੇ ਨਾ ਕਿਤੇ, ਮਾਇੰਡ ਵਾਂਡਰਿੰਗ ਨਾਲੋਂ ਇਸ ਜੀਵਨ ਦੇ ਕਿਸੇ ਬਵੰਡਰ ਵਿੱਚ ਜਾਣ ਦੀ ਬਜਾਏ ਇਸ ਤਰੀਕੇ ਦੀ ਪ੍ਰਵਿਰਤੀ ਪਾਈ ਜਾਏ। ਮੈਂ ਨਿਊਜ਼ੀਲੈਂਡ ਸੀਗਾ, ਨਿਊਜ਼ੀਲੈਂਡ ਦਾ ਸ਼ਹਿਰ ਔਕਲੈਂਡ ਜਿਹੜਾ ਵੱਡਾ ਸ਼ਹਿਰ ਹੈ, ਉੱਥੇ ਕੋਈ ਬੜੇ ਦੋ ਫੈਮਿਲੀ ਦੇ ਮੈਂਬਰ ਬੜੇ ਪੜ੍ਹੇ ਲਿਖੇ ਅਤੇ ਏਜਡ ਵੈਸੇ, ਅਤੇ ਮੈਂ ਉਹਨਾਂ ਨੂੰ ਅਕਸਰ ਜਦੋਂ ਜਾਣਾ ਅਤੇ ਕਾਫੀ ਮੁਲਾਕਾਤ ਵਾਸਤੇ ਟਾਈਮ ਮਿਲਣਾ ਸਾਨੂੰ। ਮੈਂ ਇਸ ਵਾਰੀ ਗਿਆ ਜਦੋਂ ਹੁਣੇ ਕੋਈ 12 ਸਾਲ ਪਹਿਲਾਂ ਦੀ ਗੱਲ, ਅਤੇ ਉਹ ਇੱਕ ਦਿਨ ਮਾੜਾ ਜਿਹਾ ਮਿਲਣ ਵਾਸਤੇ ਆਏ, ਸੈਕਿੰਡ ਟਾਈਮ ਮੈਨੂੰ ਮਿਲੇ ਨਹੀਂ, ਫਿਰ ਜਦੋਂ ਜਾਣ ਦਾ ਟਾਈਮ ਆਇਆ ਉਦੋਂ ਮੈਨੂੰ ਮਿਲਣ ਵਾਸਤੇ ਆਏ। ਉਹ ਮੈਂ ਕਿਹਾ ਵੀ ਤੁਹਾਡੇ ਕੋਲ ਤਾਂ ਸਵਾਲ ਜਵਾਬ ਵੀ ਬੜੇ ਹੁੰਦੇ ਸੀਗੇ ਬਜ਼ੁਰਗੋ, ਅਤੇ ਤੁਸੀਂ ਹੁਣ ਆਉਂਦੇ ਨਹੀਂ, ਮੈਂ ਲੱਭ ਰਿਹਾ ਸੀ ਤੁਹਾਨੂੰ, ਮੈਂ ਕਿਹਾ ਵੀ ਕਿਸੇ ਦਿਨ ਆਪਾਂ ਵੀ ਕੁਝ ਤੁਹਾਡੇ ਤੋਂ ਲਰਨ ਕਰਾਂਗੇ ਤੁਸੀਂ। ਉਹ ਕਹਿੰਦੇ ਜੀ ਅਸੀਂ ਇੱਥੇ ਨਾ ਔਕਲੈਂਡ ਸਕੂਲ ਆਫ ਫਿਲੋਸਫੀ ਹੈ ਉਹ ਜੁਆਇਨ ਕਰ ਲਿਆ, ਅਸੀਂ ਤੁਹਾਨੂੰ ਖੁਦ ਬਹੁਤ ਮਿਸ ਕਰਦੇ ਸੀ, ਪਰ ਸਮ ਹਾਓ ਸਾਡਾ ਬੜਾ ਇੰਟੈਂਸ ਪ੍ਰੋਗਰਾਮ ਚੱਲ ਰਿਹਾ ਸੀਗਾ, ਅਸੀਂ ਉਹਦੇ 'ਚ ਪਾਰਟੀਸਪੇਟ ਕਰ ਰਹੇ ਸੀਗੇ। ਮੈਂ ਕਿਹਾ ਔਕਲੈਂਡ ਸਕੂਲ ਆਫ ਫਿਲੋਸਫੀ ਦੇ ਵਿੱਚ? ਕਹਿੰਦੇ ਹਾਂ। ਫਿਰ ਮੈਂ ਉਹਦੇ ਬਾਰੇ ਪੁੱਛਿਆ ਕਿ ਚੱਲ ਕੀ ਰਿਹਾ। ਦੁਨੀਆ ਪੱਧਰ ਤੋਂ ਰਿਟਾਇਰਡ ਲੋਕ, ਮੋਸਟਲੀ ਨਿਊਜ਼ੀਲੈਂਡ ਨੂੰ ਰਿਟਾਇਰਮੈਂਟ ਦਾ ਆਪਣਾ ਡੈਸਟੀਨੇਸ਼ਨ ਜਾਂ ਉਹਨੂੰ ਕਹਿ ਲਓ ਆਪਣੀ ਜਿਹੜਾ ਹੈਗਾ ਉਹ ਸ਼ਹਿਰ ਚੁਣ ਲੈਂਦੇ ਨੇ, ਅਤੇ ਉੱਥੇ ਉਹਨਾਂ ਕੋਲ ਸਰਮਾਇਆ, ਪੈਸਾ, ਦੌਲਤ, ਵੱਡੀਆਂ ਵੱਡੀਆਂ ਪੋਜੀਸ਼ਨ, ਬੜਾ ਕੁਝ ਦੇਖ ਲਿਆ। ਅੱਛਾ, ਛੋਟੀਆਂ ਮੋਟੀਆਂ ਗੱਲਾਂ ਅਪੀਲ ਨਹੀਂ ਕਰਦੀਆਂ। ਉਹ ਹੁਣ ਉੱਥੇ ਬੈਠ ਕੇ ਜ਼ਿੰਦਗੀ ਦੇ ਆਖਰੀ ਪੜਾਅ ਦੇ ਵਿੱਚ ਕਹਿੰਦੇ ਹੋਰ ਕੀ ਕਰਨਾ, ਇਸ ਤੋਂ ਪਹਿਲਾਂ ਕੋਈ ਡਾਇਮੈਂਸ਼ੀਆ ਹੋ ਗਿਆ, ਕੁਝ ਹੋਰ ਸੂਰਤ ਚਲੀ ਗਈ, ਜੇ ਦਿਮਾਗ ਕੰਮ ਕਰਦਾ ਤਾਂ ਵੈਸੇ ਟਿਕਦਾ ਨਹੀਂ ਗਾ, ਕਿਉਂ ਨਾ ਐਂਸ਼ੀਅੰਟ ਟਾਈਮ ਦੀਆਂ ਚੀਜ਼ਾਂ ਪੜ੍ਹੀਆਂ ਜਾਣ। ਲੈਟਸ ਐਕਚੁਲੀ ਟਰਾਈ ਟੂ ਯੂ ਕੈਨ ਸੇ ਡੀ ਕੋਡ ਦਾ ਐਂਸ਼ੀਅੰਟ ਟਾਈਮਸ ਐਕਚੁਲੀ ਲਿਟਰੇਚਰ ਆਲ ਦੈਟ। ਇਹ ਵੀ ਤਰੀਕਾ, ਇਸ ਢੰਗ ਨਾਲ ਵੀ ਲੋਕ ਰੱਬ ਦਾ ਗੁਣਗਾਨ ਕਰਦੇ ਨੇ।
ਵਿਦਿਆ ਵਿਖਮ ਵਿਚਾਰ ਵਿਖਮ ਤੋਂ ਵਿਖਮ ਵਿਦਿਆ ਪੜ੍ਹ ਕੇ ਇਸ ਰੂਪ ਵਿੱਚ ਵੀ ਰੱਬੀ ਇਬਾਦਤ ਹੋ ਸਕਦੀ ਹੈ। ਇਹ ਵਰਾਇਟੀ ਹੈ। ਇੱਥੇ ਗੁਰੂ ਬਾਬਾ ਜੀ ਨੇ ਪੂਰਾ ਗੁਲਦਸਤਾ ਖੋਲ੍ਹ ਦਿੱਤਾ। ਕਿਹਾ ਕੋਈ ਉਹਨੂੰ ਐਵੇਂ ਗਾਉਂਦਾ, ਕੋਈ ਉਹਨੂੰ ਇਸ ਢੰਗ ਨਾਲ ਗਾਉਂਦਾ। ਸੋ ਉਹਦੀ ਬਾਤ ਹੋ ਰਹੀ ਹੈ ਥਰੂ ਐਜੂਕੇਸ਼ਨ ਵਿਖਮ ਡਿਫੀਕਲਟ ਔਰ ਵੈਰੀ ਕੰਪਲੈਕਸ ਵੇ, ਕੰਪਲੈਕਸਿਟੀ ਦੇ ਨਾਲ, ਔਖਿਆਈ ਦੇ ਨਾਲ। ਇਹਨੂੰ ਵੀ ਹੋਰ ਸਰਲ ਕਰ ਦੇਣਾ, ਬਿਆਨ ਕਰ ਦੇਣਾ, ਜਿਵੇਂ ਸਾਡੇ ਬੱਚੇ ਨੇ ਨਾ, ਤੁਸੀਂ ਬੱਚੇ ਨੂੰ, ਜਿਹੜਾ ਬੱਚਾ ਹੁਣ ਡਾਰਵਿਨ ਪੜ੍ਹ ਰਿਹਾ, ਜਿਹੜਾ ਬੱਚਾ ਤੁਹਾਡੇ ਕਹਿਣ ਤੋਂ ਪਹਿਲਾਂ, ਮਤਲਬ ਜਿਹੜੀ ਉਹ GPT ਐਪ ਆਈ ਅੱਜ ਕੱਲ੍ਹ, ਤਾਂ ਤੁਸੀਂ ਉਹਨੂੰ ਕਹਿੰਦੇ, ਟੀਚਰ ਕਹਿੰਦੇ ਤੂੰ ਪੜ੍ਹ ਕੇ ਨਾ ਲਿਖ ਕੇ ਲੈ ਕੇ ਆਈ ਐਸੇ ਵਗੈਰਾ ਸਾਰਾ ਕੁਝ, ਉਹ ਟੀਚਰ ਬੱਚਾ ਘਰੇ ਆਉਂਦਾ, ਆ ਕੇ ਉਹ GPT ਐਪ ਨੂੰ ਇੰਸਟਰਕਸ਼ਨ ਕਰਦਾ, ਉਹ ਲਿਖ ਕੇ ਦੇ ਦਿੰਦੀ, ਅਗਲੇ ਦਿਨ ਟੀਚਰ ਕਹਿੰਦਾ ਆਈ ਗੋਟ ਯੂ, ਤੂੰ ਉਹਦੇ ਤੋਂ ਲਿਖਿਆ, ਉਹ ਕਹਿੰਦਾ ਕੋਈ ਨਾ ਮੈਂ ਕੱਲ੍ਹ ਨੂੰ ਆਪ ਲਿਖਾਵਾਂਗਾ, ਫਿਰ ਆ ਕੇ ਉਹ ਉਸੇ ਐਪ ਨੂੰ ਕਹਿੰਦਾ ਵੀ ਉਹ ਫੜੇ ਗਏ ਆਪਾਂ ਬਚਣਾ ਕਿਵੇਂ, ਉਹਦਾ ਵੀ ਤਰੀਕਾ ਦੱਸ। ਉਹੀ ਐਪ ਫਿਰ ਕਹਿੰਦੀ ਕਹਿੰਦੀ ਕੋਈ ਨਾ ਆਹ ਚੇਂਜ ਕਰਦੇ, ਉਹ ਫਿਰ ਉਸ ਤੋਂ ਕਹਿੰਦਾ ਅੱਛਾ ਹੋਰ ਵੀ ਉਸ ਤਰੀਕੇ ਨਾਲ, ਉਹ ਲੈ ਜਾਂਦਾ ਕਹਿੰਦਾ ਹਾਂ ਹੁਣ ਠੀਕ ਹੈ, ਇਸ ਦੁਨੀਆਂ 'ਚ ਆ ਗਏ ਹਾਂ ਅਸੀਂ। ਮਤਲਬ ਸਿਰਫ 2 ਸਾਲ ਦੀ ਹੋਰ ਖੇਡ ਆ ਜਿਹੜੀ ਅੱਜ, ਜਿਹੜੀ ਇਹ ਐਪ ਇੰਨੀ ਵਧੀਆ ਲੱਗਦੀ ਹੈ ਨਾ, 2 ਸਾਲ ਬਾਅਦ ਜਿਨ੍ਹਾਂ ਨੇ ਕ੍ਰੀਏਟ ਕੀਤੀ ਉਹ ਕਹਿੰਦੇ ਇਟਸ ਗੋਇੰਗ ਟੂ ਬੀ ਟੋਟਲੀ ਡੰਬ। ਇਸ ਲੈਵਲ 'ਤੇ ਚੀਜ਼ਾਂ ਆ ਜਾਣਗੀਆਂ ਇਸ ਤਰੀਕੇ ਇਸ, ਪਰ ਇਹ ਸਾਰੇ ਨਾਲ ਇਹ ਨਹੀਂ ਗਾ ਕਿ ਸਾਡਾ ਇੰਟਲੈਕਟ ਖਤਮ ਹੋ ਜਾਏਗਾ। ਹੈਂ, ਆਰਟੀਫਿਸ਼ਲ ਇੰਟੈਲੀਜੈਂਸ ਦਾ ਇੱਕ ਆਪਣਾ ਦੌਰ ਵੀ ਆਏਗਾ, ਨੋ ਡਾਊਟ, ਪਰ ਇਹਦੇ 'ਚ ਵੀ ਚੀਜ਼ ਚੇਤੇ ਰੱਖਿਆ ਜੇ, ਵਿਦਿਆ ਵਿਖਮ ਵਿਚਾਰ, ਗਹਿਰੀ ਤੋਂ ਗਹਿਰੀ ਬਾਤ ਆਪਣੇ ਕੋਲ। ਸੋਰੀ ਹੈ ਨਾ, ਅੱਜ ਬੱਚਿਆਂ ਦੇ ਕੁਝ ਪ੍ਰੋਗਰਾਮ ਸੀ, ਇਸ ਕਰਕੇ ਮੋਸਟਲੀ ਬੱਚੇ ਸਾਡੇ ਨਹੀਂ ਆਏ, ਅਦਰਵਾਈਜ਼ ਬੱਚੇ ਹੁੰਦੇ ਇੱਥੇ, ਐਂਡ ਵਾਈ ਦੇ ਵਾਂਟ ਟੂ ਲਿਸਨ ਸਮਟਾਈਮ, ਸਮ ਕਿਡਸ ਸੇਜ਼ ਭਾਈ ਸਾਹਿਬ ਵੈਨ ਯੂ ਟਰਾਈ ਟੂ ਰਿਲੇਟ ਐਵਰੀਥਿੰਗ ਵਿਦ ਟੂਡੇਜ਼ ਐਜੂਕੇਸ਼ਨ, ਇਟ ਐਕਚੁਲੀ ਮਿਸਮਰਾਈਜ਼ ਅਸ। ਹਾਂ, ਇਹ ਅਪੀਲ ਕਰਦੀ ਹੈ ਵਿਦਿਆ ਵਿਖਮ ਵਿਚਾਰ, ਗੱਲ ਉਹੀ ਹੈ, ਇਹ ਹੈ ਉਹਨੂੰ ਅਪੀਲ ਕਰਦੇ ਨੂੰ ਲੱਗਦਾ ਹਾਂ ਗੱਲ ਮੇਕ ਸੈਂਸ ਕਰਦੀ ਹੈ, ਇਹ ਸਮਝ ਆਉਂਦੀ ਹੈ। ਮਾਂ ਕਹਿੰਦੀ ਪੁੱਤ ਤੂੰ ਨਾ ਪਾਣੀ ਪੀਆ ਕਰ 5-6 ਗਲਾਸ ਰੋਜ਼ ਦੇ, ਉਹ ਕਹਿੰਦਾ ਯੂ ਨੋ ਡੋਂਟ ਟਰਾਈ ਟੂ ਟੀਚ ਮੀ ਐਨੀਥਿੰਗ, ਆਈ ਨੋ ਬੈਟਰ ਦੈਨ ਯੂ, ਯੂ ਈਵਨ ਡੋਂਟ ਨੋ ਹਾਊ ਟੂ ਰਾਈਟ ਈਮੇਲ, ਯੂ ਡੋਂਟ ਨੋ ਐਕਚੁਲੀ ਹਾਊ ਟੂ ਐਕਚੁਲੀ ਰੀਡ ਅ ਬੁੱਕ, ਐਂਡ ਯੂ ਟੈਲਿੰਗ ਮੀ ਆਮ ਨੋਟ ਗੋਇੰਗ ਟੂ ਲਿਸਨ। ਠੀਕ ਹੈ ਜੀ, ਉਸੇ ਯੂਟਿਊਬਰ ਦੇ, ਇੱਕ ਦਿਨ ਯੂਟਿਊਬਰ ਸੁਣਦਾ ਉਹਦੇ, ਉਹ ਦੇਖਦਾ 2 ਮਿਲੀਅਨ ਵਿਊਜ਼, ਓਕੇ ਲੈਟਸ ਵਾਚ ਇਟ। ਉਹ ਹੈਲਥ ਦਾ ਪਹਿਲਾ ਟਿਪ ਦਿੰਦਾ, ਫਸਟ ਥਿੰਗ ਹੈਵ ਵਾਟਰ ਆਲਮੋਸਟ 5 ਗਲਾਸ ਅ ਡੇ। ਉਹ ਰਾਈਡ ਵਿੱਚ ਆ ਕੇ ਨਾ ਪਹਿਲਾਂ ਗਲਾਸ ਭਰ ਕੇ ਟੂਟੀ ਤੋਂ ਲੈ ਕੇ ਆਉਂਦਾ, ਪਾਣੀ ਪੀਂਦਾ ਪੂਰਾ, ਹਾਂ ਹੁਣ ਠੀਕ ਹੈ। ਇਹ ਕੀ ਹੈ, ਕਿਉਂਕਿ ਜਿਹੜੀ ਉਹਦੀ ਭਾਸ਼ਾ, ਲੈਂਗੁਏਜ, ਉਹਦਾ ਸਾਰੀ ਜਿਹੜੀ ਪ੍ਰੈਜੈਂਟੇਸ਼ਨ ਆ, ਉਹ ਬੜੀ ਭਾਰੀ ਭਰਕਮ ਆ, ਅਪੀਲ ਕਰਦੀ ਆ। ਇਹ ਮਨੁੱਖੀ ਮਨ ਨੂੰ ਕਈ ਵਾਰ ਇਸ ਰੂਪ ਵਿੱਚ ਚੀਜ਼ਾਂ ਅਪੀਲ ਕਰਦੀਆਂ, ਉਹ ਕਹਿੰਦਾ ਹਾਂ ਆਹੀ ਤਰੀਕਾ ਵਧੀਆ। ਬਾਬਾ ਜੀ ਕਹਿੰਦੇ ਕੋਈ ਉਸਨੂੰ ਸ਼ਾਸਤਰੀ ਗਿਆਨ ਪੜ੍ਹ ਪੜ੍ਹ ਕੇ ਗਾ ਗਾ ਕੇ, ਬਾਕੀ ਉਹ ਇਸੇ ਲਈ ਗੁਰਮਤ 'ਚ ਕਿਸੇ ਦੀ ਵਿਰੋਧਤਾ ਨਹੀਂ। ਅਸੀਂ ਅੱਗੇ ਜਾ ਕੇ ਡਿਟੇਲ 'ਚ ਬਾਤ ਕਰਾਂ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵਾ ਗੁਸਾਈਆਂ, ਕੋਈ ਅਲਾਏ, ਸਾਨੂੰ ਕੋਈ ਇਤਰਾਜ਼ ਨਹੀਂ ਕਿਸੇ ਦਾ, ਕਾਹਦਾ ਇਤਰਾਜ਼ ਹੋਏਗਾ। ਡੀਪ ਐਂਡ 'ਤੇ ਦੇਖ ਇਹਦਾ ਬੈਨੀਫਿਟ ਕੀ ਹੈ ਤੈਨੂੰ। ਮੈਂ ਵਿਦਿਆ ਵਿਖਮ ਵਿਚਾਰ ਪੜ੍ਹਦਾ ਹੋਇਆ ਇਹ ਸਮਝਣ ਲੱਗ ਜਾ ਵੀ ਆਪਸ ਕੋ ਦੀਰਘ ਕਰ ਜਾਣਾ ਔਰਨ ਕੋ ਲਗਾਮਾਤ। ਮੈਂ ਕਹਾਂ ਮੈਂ ਬੜੀ ਤੋਪ ਬਣ ਗਿਆ, ਦੂਜੇ ਐਵੇਂ ਨੇ, ਇਹਦਾ ਮਤਲਬ ਇਹ ਰੱਬ ਦਾ ਗਾਉਣਾ ਨਹੀਂ ਗਾ, ਇਹ ਮੇਰੇ ਵਾਸਤੇ ਹਰਡਲ ਹੈ। ਜੇ ਮੈਂ ਇਹ ਗਾਉਂਦਾ ਹੋਇਆ ਅਹਿਸਾਸ ਕਰ ਗਿਆ ਵਾਹਿਗੁਰੂ ਦੇ ਬਣਾਏ ਹੋਏ ਸੰਸਾਰ 'ਚ ਬਹੁਤ ਕੁਝ ਆ, ਮੈਨੂੰ ਜ਼ਿਆਦਾ ਸਮਝ ਦਿੱਤੀ ਹੈ, ਮੈਨੂੰ ਜ਼ਿਆਦਾ ਥੈਂਕਸ ਕਰਨਾ ਚਾਹੀਦਾ, ਦੈਟ ਮੀਨ ਆਮ ਕਲੋਜ਼ ਟੂ ਵਾਹਿਗੁਰੂ ਜੀ। ਆਹ ਬਾਬਾ ਜੀ ਸਮਝਾ ਰਹੇ ਐਜ਼ ਆਈ ਅੰਡਰਸਟੈਂਡ। ਇਹ ਹੈ ਕੰਪਲੈਕਸਿਟੀ ਨੂੰ ਇਸ ਲੈਵਲ 'ਤੇ ਇੰਜੋਏ ਕਰਨਾ। ਨੈਕਸਟ ਲਾਈਨ 'ਤੇ ਆ ਜਾਈਏ, ਕਿਉਂਕਿ ਸਾਡੇ ਕੋਲ ਟਾਈਮ ਸੀਮਤ ਹੋ ਜਾਏਗਾ। ਅਦਰਵਾਈਜ਼ ਗਾਵੇ ਕੋ ਸਾਜ ਕਰੇ ਤਨਖੇ। ਹੁਣ ਜਿਹੜੀ ਪਹਿਲਾਂ ਗੱਲ ਹੋਈ ਸੀ ਇੰਟਰਪ੍ਰਿਟੇਸ਼ਨ ਦੇ ਉੱਤੇ, ਵੀ ਗੁਣ ਵਡਿਆਈਆਂ 4, ਹਰ ਵਕਤ ਖੁਸ਼ੀ ਥੋੜ੍ਹਾ ਹੋਏਗੀ, ਸੁੱਖ ਥੋੜ੍ਹਾ ਹੋਏਗਾ, ਐਵੇਂ ਕਿਵੇਂ ਬੰਦਾ ਗਾਈ ਜਾਏਗਾ ਰੱਬ ਦਾ ਨਾਮ।
ਗਾਵੇ ਕੋ ਸਾਜ ਕਰੇ ਅਨਖੇ। ਸਾਜਣਾ ਬਣਾਉਣਾ ਕਿਸੇ ਚੀਜ਼ ਨੂੰ, ਆਪਾਂ ਬਣਾਉਂਦੇ ਹਾਂ ਚੀਜ਼ਾਂ। ਸੁਪੋਜ਼ ਕਰੋ ਤੁਸੀਂ ਕੋਈ ਛੋਟਾ ਜਿਹਾ ਕੋਈ ਆਪਣੇ ਆਰਟ ਦਾ ਪੀਸ ਬਣਾਇਆ, ਬੜੀ ਐਫਰਟ ਪਾਈ, ਐਫਰਟ ਪਾਈ ਬਣਾ ਕੇ ਸਾਰਾ, ਅਜੇ ਉਹਨੂੰ ਪੂਰੀ ਤਰ੍ਹਾਂ ਦੇਖਿਆ ਵੀ ਨਹੀਂ, ਇੰਜੋਏ ਵੀ ਨਹੀਂ ਕੀਤਾ, ਸਮ ਹਾਓ ਕੁਝ ਇਹੋ ਜਿਹਾ ਇੰਸੀਡੈਂਟ ਹੋ ਗਿਆ, ਉਹ ਟੁੱਟ ਗਿਆ। ਹਾਊ ਯੂ ਗੋਨਾ ਫੀਲ ਆਮ ਆਸਕਿੰਗ ਯੂ ਸਾਹਿਬ। ਪਤਾ ਕੀ ਹੋਏਗਾ, ਸਾਰੀ ਐਨਰਜੀ ਐਵੇਂ ਗਵਾ ਦਿੱਤੀ, ਕੀ ਫਾਇਦਾ ਸੀਗਾ। ਸਿੰਪਲ ਇਗਜ਼ਾਮਪਲ ਦਿੱਤੀ ਹੈ, ਇਹਨੂੰ ਥੋੜ੍ਹਾ ਜਿਹਾ ਪ੍ਰੈਕਟੀਕਲ ਵੇ ਨਾਲ ਲੈ ਕੇ ਆਉਂਦੇ ਹਾਂ। ਵਾਹਿਗੁਰੂ ਜੀਵਨ ਬਖਸ਼ਦਾ ਆ ਅਤੇ ਜੀਵਨ ਪ੍ਰਾਪਤ ਹੋ ਗਿਆ। ਅਜੇ ਕੋਈ 2 ਮਹੀਨੇ 2.5 ਮਹੀਨੇ ਦੀ ਪ੍ਰੈਗਨੈਂਸੀ ਸੀਗੀ, ਮਿਸਕੈਰੇਜ ਹੋ ਗਿਆ। ਪਰ ਅਸੀਂ ਬਹੁਤ ਸਾਰੀ ਕਾਉਂਸਲਿੰਗ ਇਸੇ ਫੀਲਡ ਵਿੱਚ ਕਰਦੇ ਹਾਂ। ਸਾਜ ਕਰੇ ਤਨ ਦੁੱਖ ਹੈ। ਹੁਣ ਇਹ ਚੀਜ਼ ਬੰਦਾ ਕਹਿੰਦਾ ਵਾਹਿਗੁਰੂ ਤੂੰ ਬਹੁਤ ਮਾੜਾ। ਦੇਖ ਪਹਿਲਾਂ ਤਾਂ ਨਾ ਸਾਜਣਾ ਨਹੀਂ ਸੀ, ਜੇ ਸਾਜਿਆ ਤਾਂ ਫਿਰ ਖੇ ਕਿਉਂ ਕਰਨਾ ਸੀ। ਪਲੀਜ਼ ਬੱਚੇ ਪਲੀਜ਼ ਦੇਖੇ 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 ਕੈਮਰੇ 'ਤੇ ਲੱਗਿਆ ਕੋਈ ਨਹੀਂ ਸਰ ਆਰਾਮ ਦਿਸ ਆਲਸੋ ਵਾਹਿਗੁਰੂ ਦੀ ਬਖਸ਼ਿਸ਼ ਕੋਈ ਨਾ। ਓਕੇ ਵਾਹਿਗੁਰੂ ਜੀ ਜੇ ਤੂੰ ਖੋਣਾ ਹੀ ਸੀ ਤਾਂ ਦੇਣਾ ਕਿਉਂ ਸੀਗਾ। ਬਾਬਾ ਜੀ ਕਹਿੰਦੇ ਜੇ ਇਹ ਸਮਝ ਆ ਜਾਏ ਨਾ ਨੈਕਸਟ ਲੈਵਲ ਦਾ ਗਾਉਣਾ ਆ ਜਾਂਦਾ ਬੰਦੇ। ਗਾਵੇ ਕੋ ਸਾਜ ਕਰੇ ਅਨਖੇ। ਇੱਕ ਮਿਸਾਲ ਦੇ ਦਿੰਦਾ ਵਾ, ਇਸ ਕਰਕੇ ਦੇ ਰਿਹਾ ਤਾਂ ਕਿ ਪਕੜ ਚ ਆ ਜਾਵੇ ਬਾਤ। ਕਾਫੀ ਸਾਲ ਪਹਿਲਾਂ ਦੀ ਗੱਲ ਹੈ, ਮੈਂ ਇੰਡੀਆ ਗਿਆ, ਮੈਂ ਕਾਫੀ ਵਿਜ਼ਿਟ ਕਰਦਾ ਸੀ ਉਹਨਾਂ ਸਮਿਆਂ ਦੇ ਵਿੱਚ ਵਾਪਸ ਬੈਕ ਐਂਡ ਫੋਰਥ। ਇੱਕ ਫੈਮਿਲੀ ਉੱਥੇ ਅਤੇ ਉਹਨਾਂ ਦੇ ਇੱਕੋ ਇੱਕ ਬੇਟਾ, ਅਤੇ ਉਹ ਬੇਟਾ ਬੇਵਾ ਮਾਂ ਨੇ ਪਾਲਿਆ। ਉਹਦੀ ਜਿਹੜੀ ਮਾਂ ਉਹ ਵੀ ਜਵਾਨੀ ਦੇ ਵਿੱਚ ਜਦੋਂ ਬੱਚਾ ਹੋਇਆ, ਅਜੇ ਬੱਚਾ ਛੋਟਾ ਹੀ ਸੀਗਾ, ਹਸਬੈਂਡ ਦੇ ਨਾਲ ਅਜੇ ਜੀਵਨ ਦੇ ਰੰਗ ਵੇਖਣੇ ਸੀ ਸਾਰੇ। ਉਹਦੀ ਡੈਥ ਹੋ ਗਈ, ਘਰਦਿਆਂ ਨੇ ਕਿਹਾ ਤੈਨੂੰ ਕਿਤੇ ਹੋਰ ਵਿਆਹ ਦਿੰਦੇ ਹਾਂ, ਜ਼ਮੀਨ ਜਾਇਦਾਦ ਬਹੁਤ ਸੀ ਘਰ ਦੇ ਵਿੱਚ, ਅਤੇ ਉਹਦੇ ਪਿੱਛੇ ਇਲਾਜ ਨੇ ਕਿਹਾ ਹੋਣਾ ਵੀ ਪਲੀਜ਼ ਬੱਚਾ ਸਾਡੇ ਵਾਸਤੇ ਜ਼ਰੂਰੀ ਹੈ। ਅਤੇ ਉਹ ਕਹਿੰਦੀ ਕੋਈ ਨਾ ਜ਼ਿੰਦਗੀ ਸਮਰਪਿਤ ਕਰਦੇ। ਉਹ ਬੱਚੇ ਨੂੰ ਪਾਲਿਆ, ਵੱਡਿਆਂ ਕੀਤਾ, ਸੰਭਾਲਿਆ, ਉਹਦਾ ਵਿਆਹ ਹੋ ਗਿਆ। ਵਿਆਹ ਹੋਇਆ ਅਤੇ ਹੁਣ ਕੀ ਹੈ ਕਿ ਅੱਗੇ ਛੋਟੇ ਛੋਟੇ ਬੱਚੇ ਨੇ ਉਸ ਰੂਪ ਦੇ ਵਿੱਚ, ਅਤੇ ਉਹ ਬੇਟੇ ਦੀ ਮੌਤ ਹੋ ਗਈ। ਹੁਣ ਘਰ ਦੇ ਵਿੱਚ 2 ਛੋਟੇ ਬੱਚੇ ਅਤੇ 2 ਬੇਵਾ ਇਸਤਰੀਆਂ, ਫਾਰਮ ਹਾਊਸ 'ਤੇ ਵੱਡੀ ਕੋਠੀ ਪਈ ਹੈ, 4 ਚੁਫੇਰੇ ਵੱਡਾ ਲੈਂਡ ਦਾ ਪੀਸ ਆ ਉਹਨਾਂ ਦੇ ਕੋਲ। ਅਤੇ ਮੈਂ ਗਿਆ ਬੈਕ ਹੋਮ ਵਿਜ਼ਿਟ ਕਰਨ ਲਈ, ਅਤੇ ਮੈਨੂੰ ਫੈਮਿਲੀ ਮੈਂਬਰਸ ਨੇ ਕਿਹਾ ਸਪੈਸੀਫਿਕਲੀ ਤੈਨੂੰ ਬਹੁਤ ਯਾਦ ਕਰਦੇ ਆ ਉਹ ਮਾਤਾ ਜੀ। ਮੈਂ ਕਦੀ ਕਦੀ ਜਾਣਾ, ਮੇਰੀ ਬਹੁਤ ਸਿੰਸੀਅਰ ਲੇਡੀ, ਬਹੁਤ ਦਾਨਿਸ਼ਮੰਦ ਔਰਤ, ਤੈਨੂੰ ਬਹੁਤ ਯਾਦ ਕਰਦੀ, ਤੇਰੇ ਬਾਰੇ ਕਿੰਨੀ ਵਾਰੀ ਜ਼ਿਕਰ ਹੋਇਆ, ਤੇਰੇ ਬਾਰੇ ਪੁੱਛਿਆ, ਉਹਨੇ ਮੈਨੂੰ ਫੋਨ ਨਹੀਂ ਕੀਤਾ। ਮੈਂ ਥੋੜ੍ਹਾ ਜਿਹਾ ਮਾਫ਼ੀ ਚਾਹਾਂਗਾ, ਮੈਂ ਹਾਲਾਂਕਿ ਲੰਬੇ ਸਮੇਂ ਤੱਕ ਕਹਿੰਦਾ ਰਿਹਾ ਆਈ ਐਮ ਵੈਰੀ ਇਨ, ਮਤਲਬ ਮੈਂ ਨੋਨ ਇਮੋਸ਼ਨਲ ਬੰਦਾ ਹਾਂ। ਜਦੋਂ ਮੈਨੂੰ ਪਹਿਲੀ ਵਾਰੀ ਪਤਾ ਲੱਗਾ ਵੀ ਓ ਮਾਈ ਗੋਸ਼ ਆਈ ਐਮ ਟੂ ਇਮੋਸ਼ਨਲ, ਦੈਟਸ ਵਾਈ ਆਈ ਡੋਂਟ ਟਾਕ ਅਬਾਊਟ ਇਮੋਸ਼ਨਲ ਥਿੰਗਸ, ਫਿਰ ਮੇਰੇ ਲਈ ਹਾਰਡ ਹੋ ਗਿਆ ਕੰਟਰੋਲ ਕਰਨਾ। ਮੇਰੇ ਬਹੁਤ ਮੁਸ਼ਕਲ ਹੁੰਦਾ ਇਸ ਤਰੀਕੇ ਨਾਲ ਫੇਸ ਕਰਨਾ। ਅਤੇ ਉਹ ਕਹਿੰਦੇ ਕਿ ਤੈਨੂੰ ਬਹੁਤ ਯਾਦ ਕਰਦੇ ਸੀ, ਜ਼ਰੂਰ ਜਾ ਕੇ ਆ। ਅਤੇ ਮੈਂ
ਡਾਢਾ ਦਿਲ ਕਰਕੇ ਨਾ ਨਾ ਕਰਦਾ ਮੈਂ ਚਲਾ ਗਿਆ। ਖੈਰ ਮੈਨੂੰ ਗੋ ਦੇਰ ਨਾ ਉਹ ਤੁਸੀਂ ਦਰਵਾਜ਼ੇ 'ਤੇ ਗਏ ਹੋ ਅਤੇ ਦਰਵਾਜ਼ੇ ਤੁਸੀਂ ਦੇਖਦੇ ਹੋ ਘਰ ਸਾਰਾ ਸੁੰਨਾ ਪਿਆ ਆ ਅਤੇ ਡੋਰ ਬੈਲ ਹੁੰਦੀ ਬੱਚੇ ਭੱਜਦੇ ਨੇ ਬਾਹਰ ਨੂੰ। ਅੱਛਾ ਘਰ ਦੇ ਵਿੱਚ ਇੱਕ ਵੀ ਜੈਂਟਸ ਫਿਗਰ ਨਹੀਂ ਹੈਗੀ ਜਿਹੜੀ ਉਸ ਤਰੀਕੇ ਨਾਲ ਹੋਏ। ਬਹੁਤ ਮਨ ਜਿਹੜਾ ਨਾ ਇੱਕਦਮ ਇਹ ਕੀ ਹੋ ਗਿਆ ਸਾਰਾ। ਅੰਦਰ ਗਿਆ ਬੈਠਾ ਜਾ ਕੇ ਉਹਨੇ ਗੱਲਾਂ ਬਾਤਾਂ ਕੀਤੀਆਂ ਅਤੇ ਬੜੇ ਹੌਂਸਲੇ ਦੇ ਵਿੱਚ ਫਿਰ ਉਹਨੇ ਗੱਲ ਦੱਸੀ ਮੈਨੂੰ। ਹੁਣ ਜਿਹੜੀ ਮੈਂ ਗੱਲ ਕਹਿਣਾ ਉਹਨੂੰ ਧਿਆਨ ਨਾਲ ਸੁਣਿਆ। ਗਾਵੇ ਕੋ ਸਾਜ ਕਰੇ ਤਨਖੇ। ਅੱਛਾ ਜਿਹੜਾ ਸਟ੍ਰੈਸ ਹੁੰਦਾ ਨਾ ਇਕੱਲੇ ਬੰਦੇ ਨਹੀਂ ਫੀਲ ਕਰਦੇ, ਬਾਇਓ ਜਿਹੜਾ ਵਰਲਡ ਆ ਆਲਮੋਸਟ ਸਾਰੇ ਦੇ ਵਿੱਚ ਸਟ੍ਰੈਸ ਨੂੰ ਫੀਲ ਕਰਨ ਦੀ ਐਬਿਲਿਟੀ ਹੈ, ਇਹ ਸਾਇੰਟੀਫਿਕਲੀ ਪ੍ਰੂਵਨ ਹੋ ਚੁੱਕਾ। ਹੋਇਆ ਇਹ ਉਹਦੀ ਮੌਤ ਹੋ ਗਈ, ਪਸ਼ੂ ਉਹਨੇ ਬੜੇ ਵਧੀਆ ਰੱਖੇ ਸੀ, ਸੰਭਾਲੇ ਹੋਏ ਸੀ ਬਹੁਤ ਕਮਾਲ ਦੇ, ਅਤੇ ਕਹਿੰਦੇ ਸੰਸਕਾਰ ਹੋ ਗਿਆ ਅਤੇ ਆਲਮੋਸਟ ਨੈਕਸਟ ਡੇ ਆ ਗਿਆ ਅਤੇ ਨੌਕਰ ਕਹਿੰਦਾ ਕਹਿੰਦੀ ਮੇਰੇ ਕੋਲ ਆਇਆ ਕਹਿੰਦਾ ਵੀ ਬੀਬੀ ਜੀ ਮੈਨੂੰ ਨਾ ਪਿੰਡ ਜਾਣਾ ਪੈਣਾ ਡਾਕਟਰ ਨੂੰ ਲੈਣ ਵਾਸਤੇ। ਅਤੇ ਕਹਿੰਦੀ ਕੀ ਹੋਇਆ? ਕਹਿੰਦਾ ਪਤਾ ਨਹੀਂ ਸਮਹਾਉ ਕੀ ਹੈ ਵੀ ਰਾਤ ਦਾ ਮੱਝਾਂ ਦੇ ਪੱਠੇ ਨਹੀਂ ਖਾਂਦੇ ਬਿਲਕੁਲ। ਕਹਿੰਦੇ ਸਾਰਾ ਉਹ ਆਏ ਉਹਨੇ ਦੇਖਿਆ ਖੁਰਲੀ ਭਰੀ ਵੀ ਖਲ ਦੇ ਨਾਲ ਭਰੀ, ਕਹਿੰਦੇ ਸਭ ਕੁਛ ਪਾਤਾ ਮੈਂ ਜੋ ਕੁਛ ਪਾ ਸਕਦਾ ਸੀਗਾ ਪਰ ਉਹ ਪੱਠੇ ਨਹੀਂ ਖਾ ਰਹੇ ਕੁਛ ਵੀ। ਉਹ ਸਿਆਣੀ ਮਾਂ ਸੀਗੀ ਹੈ ਨਾ, ਸਮਝ ਗਈ। ਉਹ ਮੱਝਾਂ ਨੂੰ ਜਾ ਕੇ ਹੱਥ ਹੁੱਥ ਫੇਰਨ ਲੱਗ ਗਈ ਸਾਰਾ ਕੁਛ। ਅਤੇ ਕਹਿੰਦੀ ਮੈਂ ਮੱਝਾਂ ਨਾਲ ਫਿਰ ਗੱਲਾਂ ਕੀਤੀਆਂ, ਪੁੱਤ ਤੂੰ ਤਾਂ ਸਮਝੇਗਾ ਇਸ ਗੱਲ ਨੂੰ। ਮੈਂ ਉਹਨਾਂ ਨੂੰ ਕਿਹਾ ਕੋਈ ਗੱਲ ਨਹੀਂ, ਮੈਂ ਰਾਤੀ ਰੋਟੀ ਖਾ ਕੇ ਸੁੱਤੀ ਸੀ, ਮੈਂ ਸਵੇਰੇ ਚਾਹ ਵੀ ਪੀਤੀ ਉੱਠੇ, ਕੋਈ ਗੱਲ ਨਹੀਂ। ਇਹ ਦੁੱਖ ਵਾਹਿਗੁਰੂ ਨੇ ਸਾਨੂੰ ਦਿੱਤਾ, ਸਹਿਣ ਦੀ ਸ਼ਕਤੀ ਵੀ ਦਏਗਾ ਸਾਨੂੰ। ਗਾਵੇ ਕੋ ਸਾਜ ਕਰੇ ਤਨਖੇ। ਰੱਬ ਦੀ ਵਡਿਆਈ ਕਿਵੇਂ ਕਰਨੀ ਹੈ ਜੀ? ਆਹ ਗੁਰੂ ਨਾਨਕ ਸਾਹਿਬ ਸਿਖਾ ਰਹੇ ਹਨ, ਐਜ਼ ਆਈ ਅੰਡਰਸਟੈਂਡ। ਦੇਖੋ ਤੁਸੀਂ ਕਹਿੰਦੇ ਇਬਾਦਤ, ਬੰਦਾ ਕਹਿੰਦਾ ਖੁਸ਼ੀਆਂ ਦੇ ਸਮੇਂ ਬੈਠ ਕੇ ਰੱਬੀ ਤਰਾਨੇ ਗਾਏ ਜਾਣਗੇ, ਬਾਬਾ ਜੀ ਕਹਿੰਦੇ ਸਭ ਚੀਜ਼ਾਂ ਇੰਟਰਪ੍ਰੀਟੇਸ਼ਨ ਤੇ ਖੜੀਆਂ। ਬੰਦੇ ਜੀਵਨ ਦੇ ਵਿੱਚ ਦੁੱਖ ਸੁੱਖ ਜੀਵਨ ਦਾ ਮੂਲ ਹੈ। ਸਾਜ ਕਰੇ ਟੂ ਕ੍ਰੀਏਟ ਤਨਖੇ ਲਾਈਵ ਔਰ ਬਾਡੀਜ਼ ਖੇ ਮੀਨ ਟੂ ਡਿਸਟਰੋਏ। ਇਹ ਲਾ ਆ ਉਹਦਾ ਚੀਜ਼ਾਂ ਘੜਦਾ ਆ ਬਣਾਉਂਦਾ ਆ ਅਤੇ ਤੋੜ ਦਿੰਦਾ ਆ। ਬੜੇ ਪ੍ਰਮਾਣ ਨੇ ਬਾਣੀ ਚਾਹੀ ਕਹਿੰਦੇ ਚਲੀ ਕੀ ਪਾਉਣ ਜਿਹੜਾ ਉਹ ਸਾਰਿਆਂ ਨੂੰ ਟੁੱਕ ਮਾਤਰ ਅਗਲੇ ਪੜਿਆ ਚਾਹ ਦਿੰਦਾ। ਗਾਵੇ ਕੋ ਜੀ ਲੈ ਫਿਰ ਦੇ, ਜੀ ਲੈ ਜਿੰਦ ਲੈ ਲੈਂਦਾ ਅਤੇ ਫਿਰ ਵਾਪਸ ਦੇ ਦਿੰਦਾ। ਇਹਦੀ ਵਿਆਖਿਆ ਬੜੇ ਗੌਰ ਨਾਲ ਦੇਖਿਆ ਜੀ, ਜੀ ਲੈ ਫਿਰ ਦੇ। ਇਸ ਤਰ੍ਹਾਂ ਜਾਣੀਏ ਕਿ ਸਮਾਂ ਬੜੀ ਫਾਸਟ ਚੇਂਜ ਹੋ ਰਿਹਾ ਅਤੇ ਚੀਜ਼ਾਂ ਐਕਿਊਮੂਲੇਟ ਵੀ ਬੜੀ ਵਧੀਆ ਤਰੀਕੇ ਨਾਲ ਹੋ ਰਹੀਆਂ ਨੇ। ਦੋ ਤਿੰਨ ਬੁੱਕਸ ਨੇ ਰੀਲੀ ਯੂ ਵਾਂਟ ਟੂ ਰੀਡ ਇਟ ਯੰਗਸਟਰਸ, ਰੀਅਲੀ ਗੁੱਡ ਬੁੱਕਸ। ਵਨ ਇਜ਼ ਡਾਕਟਰ ਬ੍ਰਾਇਨ ਦੀ ਬੁੱਕ ਆ, ਇਹ ਸਾਈਕੈਟ੍ਰਿਸਟ ਹੈ, ਅਮੈਰੀਕਨ ਸਾਈਕੈਟ੍ਰਿਸਟ ਜਿਹਨੇ ਕੋਈ 40 ਸਾਲ ਪ੍ਰੈਕਟਿਸ ਕੀਤੀ ਆਪਣੀ ਸਾਈਕੈਟ੍ਰਿਸਟ ਦੇ ਉਹ ਫੀਲਡ ਦੇ ਵਿੱਚ, ਤਾਂ ਉਹਨੇ ਕਿਤਾਬ ਲਿਖੀ ਹੈ ਮੈਨੀ ਲਾਈਵਸ ਮੈਨੀ ਮਾਸਟਰਸ। ਜੇ ਰਿਲੀਜੀਅਸ ਸਕੂਲ ਆਫ ਥੋਟ ਚਾਹੋਗੇ ਨਾ ਡੀਪ ਲੈਵਲ 'ਤੇ, ਵਿਦਿਆ ਵਿਖਮ ਵਿਚਾਰ 'ਤੇ ਗੱਲਾਂ ਲੈ ਉਹਨੇ ਵਾਪਸ ਆਪਾਂ। ਦੁਨੀਆਂ 'ਤੇ ਦੋ ਤਰ੍ਹਾਂ ਦੀਆਂ ਧਰਮ ਦੀਆਂ ਧਾਰਾਵਾਂ ਮੰਨੀਆਂ ਜਾਂਦੀਆਂ ਨੇ, ਇੱਕ ਬੇਦੀ ਇੱਕ ਕਿਤੇਬੀ। ਵਨ ਇਜ਼ ਈਵਨ ਦੋ ਜਿਹੜੇ ਸਾਰੇ ਰਿਲੀਜੀਅਸ ਸਕੂਲ ਆਫ ਥੋਟ ਕਹਿੰਦੇ ਮਿਡਲ ਈਸਟ 'ਚੋਂ ਆਏ ਨੇ, ਪਰ ਜਿਹੜੀਆਂ ਇੱਕ ਧਾਰਾ ਟੋਟਲੀ ਮਿਡਲ ਈਸਟ 'ਚੋਂ ਆਈ ਆ, ਉਹ ਜਿਹੜੀ ਕਿਤੇਬੀ ਚੀਜ਼ ਆ ਜਿਸਨੂੰ ਸਾਮੀ ਮਤ ਕਿਹਾ ਜਾਂਦਾ। ਤੁਸੀਂ ਜਿਹੜਾ ਹੈਗਾ ਸੈਮੈਟਿਜ਼ਮ ਦਾ ਨਾਮ ਸੁਣਦੇ ਹੋ ਨਾ, ਦੈਟ ਇਜ਼ ਕਮਿੰਗ ਫਰੋਮ ਸਾਮੀ, ਉੱਥੋਂ ਆ ਰਿਹਾ ਸੈਮੈਟਿਜ਼ਮ ਵਾਲੇ ਉਸ ਸਕੂਲ ਆਫ ਥੋਟ ਵਿੱਚ। ਇਹਦੇ 'ਚ ਜਿਹੜੀਆਂ ਚਾਰ ਮੁੱਖ ਰੂਪ ਧਾਰਾਵਾਂ ਮੰਨੀਆਂ ਗਈਆਂ ਨੇ, ਇਹ ਸੈਮੀ ਦੇ ਵਿੱਚ
ਸਮੀ ਮਤਾਂ ਦੇ ਵਿੱਚ, ਕਿਤੇਬੀ ਮਤਾਂ ਦੇ ਵਿੱਚ ਉਹ ਹੈਗਾ ਆ ਪਾਰਸੀ, ਯਹੂਦੀ, ਕ੍ਰਿਸਚੈਨਿਟੀ ਅਤੇ ਇਸਲਾਮ। ਇਹਨਾਂ ਦੇ ਇਹ ਇਬ੍ਰਾਹਿਮੀ ਮਤ ਨੇ, ਦੇ ਆਲ ਸ਼ੇਅਰ ਆਲਮੋਸਟ ਸੇਮ ਸਟੋਰੀਜ਼। ਉਹਨਾਂ ਦੇ ਵਿੱਚ ਹਜ਼ਰਤ ਇਬ੍ਰਾਹਿਮ ਨੂੰ ਮੰਨਿਆ ਜਾਂਦਾ ਹੈ। ਜੇ ਹੋਰ ਪਿੱਛੇ ਚਲੇ ਜਾਓ ਤਾਂ ਉਹਨਾਂ ਦੇ ਵਿੱਚ ਐਡਮ ਅਤੇ ਈਵ ਦੀ ਸਟੋਰੀ ਆਉਂਦੀ ਹੈ, ਉਹਨਾਂ ਵਿੱਚ ਹੈਵਨ ਦਾ ਕੋਨਸੈਪਟ ਆਉਂਦਾ। ਉਹਨਾਂ ਦੇ ਵਿੱਚ ਮੋਸਟ ਸਾਰਿਆਂ ਦੇ ਵਿੱਚ ਜਿਹੜਾ ਆ ਗ੍ਰੇਵ ਦਾ ਥੋਟ ਆ, ਗ੍ਰੇਵ ਯਾਰਡ ਦਾ ਕੋਨਸੈਪਟ ਆ, ਡੇ ਆਫ ਜਜਮੈਂਟ ਦਾ ਕੋਨਸੈਪਟ ਆ, ਕਿਆਮਤ ਜਿਹਨੂੰ ਕਹਿੰਦੇ ਹਾਂ ਅਸੀਂ, ਇਹ ਸਾਰਾ ਕੋਨਸੈਪਟ ਉਹਦੇ ਵਿੱਚ ਮੌਜੂਦ ਹੈ। ਦੂਸਰਾ ਜਿਹੜਾ ਉਹ ਵੇਦੀ ਕੋਨਸੈਪਟ ਆ, ਵੇਦੀ ਕੋਨਸੈਪਟ 'ਚ ਮੰਨਿਆ ਜਾਂਦਾ ਹੈ ਜਿਹੜੀ ਵੈਦਿਕ ਪ੍ਰਪਰਟੀ ਹੈ, ਜਿਹਦੇ ਅੰਦਰ ਸਨਾਤਨ ਮਤ ਆਉਂਦਾ ਹੈ, ਜਿਹਦੇ 'ਚ ਜੈਨਿਜ਼ਮ, ਬੁੱਧੀਜ਼ਮ ਇਹ ਸਾਰੇ ਆਉਂਦੇ ਨੇ। ਸਿੱਖ ਨੂੰ ਵੀ ਸਿੱਖਿਜ਼ਮ ਦੇ ਜ਼ਰੀਏ ਦੇ 'ਚ ਲਿਆਂਦਾ ਜਾਂਦਾ, ਹਾਲਾਂਕਿ ਇਹ ਅਪਾਰਟ ਹੈ, ਇਹ ਐਕਸੈਪਸ਼ਨਲ ਚੀਜ਼ ਆ। ਇਹਦੇ 'ਚ ਤੁਸੀਂ ਬਹੁਤ ਜਦੋਂ ਗੁਰਬਾਣੀ ਦੇ ਕੋਨਸੈਪਟ ਨੂੰ ਦੇਖੋਗੇ, ਇਟਸ ਗੋਇੰ ਬੀ ਟੋਟਲੀ ਡਿਫਰੈਂਟ ਥਿੰਗ। ਬਟ ਅਨਫੋਰਚੁਨੇਟ ਪਾਰਟ ਇਹ ਹੈ, ਅਸੀਂ ਵਰਲਡ ਵਾਈਡ ਉਸਨੂੰ ਪ੍ਰੈਜੈਂਟੇਸ਼ਨ 'ਚ ਨਹੀਂ ਲਿਆ ਸਕੇ। ਦੈਟ ਇਜ਼ ਆਵਰ ਓਨ ਕਾਇੰਡ ਆਫ ਯੂ ਕੈਨ ਸੇ ਵੀਕਨੈਸ, ਇਸ ਕਰਕੇ ਉਹ ਚੀਜ਼ ਨਹੀਂ ਆਈ। ਪਰ ਟੂਕ ਮਤ ਜਿਹੜੀ ਬੇਨਤੀ ਕਰ ਰਿਹਾ, ਉਹਨਾਂ 'ਚ ਹੀ ਮੰਨਿਆ ਗਿਆ ਜਿਹੜੇ ਸਾਮੀ ਮਤ ਸੀਗੇ ਕਿ ਜਿਹੜੀ ਰੂਹ ਹੈ, ਸੋਲ, ਇਹ ਰੱਬ ਇੱਕ ਵਾਰੀ ਬਣਾਉਂਦਾ ਅਤੇ ਉਹ ਬਣਾ ਕੇ ਭੇਜ ਦਿੰਦਾ, ਜਦੋਂ ਨਵਾਂ ਲਾਈਫ ਦਿੰਦਾ, ਨਵੀਂ ਸੋਲ ਭੇਜਦਾ, ਪੁਰਾਣੀ ਸੋਲ ਨੂੰ ਉਹ ਰੀਸਾਈਕਲ ਨਹੀਂ ਕਰਦਾ। ਬੇਦੀ ਮਤਾਂ 'ਚ ਕਹਿੰਦੇ ਨੋ 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 ਨੋ, ਉਹ ਰੀਸਾਈਕਲ ਕਰਦਾ, ਇੱਕ ਹੀ ਸੋਲ ਹੈ ਜਿਹੜੀ ਰੀਸਾਈਕਲ ਹੋ ਰਹੀ ਹੈ। ਉਹ ਕਹਿੰਦੇ ਨਹੀਂ, ਈਚ ਬਾਡੀ ਗੈਟ ਨਿਊ ਸੋਲ ਐਵਰੀ ਟਾਈਮ। ਅੱਛਾ, ਫਿਰ ਪਹਿਲੀਆਂ ਸੋਲਸ ਕਿੱਧਰ ਜਾਂਦੀਆਂ? ਉਹ ਕਹਿੰਦੇ ਉਹ ਕਬਰਾਂ 'ਚ ਬੈਠੀਆਂ ਉਡੀਕਦੀਆਂ ਨੇ, ਕਿਹਨੂੰ? ਡੇ ਆਫ ਜਜਮੈਂਟ। ਇੱਕ ਦਿਨ ਕਿਆਮਤ ਦਾ ਦਿਨ ਆਏਗਾ ਜਦੋਂ ਕਬਰਾਂ ਦੇ ਵਿੱਚੋਂ ਰੂਹਾਂ ਉੱਠਣਗੀਆਂ। ਇਸ ਲਈ ਉਹਨਾਂ ਦੇ ਮੋਸਟਲੀ ਸਕੂਲ ਆਫ ਥਾਟ ਦੇ ਵਿੱਚ ਤੁਸੀਂ ਬੜੇ ਔਰਥੋਡੋਕਸ ਵੇ ਨਾਲ ਜਾਂ ਟ੍ਰੈਡੀਸ਼ਨਲ ਵੇ ਨਾਲ ਦੇਖੋਗੇ, ਉਹ ਕਹਿੰਦੇ ਬਾਡੀ ਨੂੰ ਜਲਾਉਣਾ ਨਹੀਂ ਗਾ, ਕ੍ਰਿਮੀਨੇਸ਼ਨ ਇਜ਼ ਅ ਕਾਇੰਡ ਆਫ ਸਿਨ, ਪਾਪ ਹੈ ਬੜਾ। ਗੁਰੂ ਨਾਨਕ ਸਾਹਿਬ ਦਾ ਸ਼ਬਦ ਅਸੀਂ ਪੜ੍ਹਦੇ ਨਾ, ਮਿੱਟੀ ਮੁਸਲਮਾਨ ਕੀ, ਪੀੜੇ ਪਈ ਘੁਮਿਆਰ, ਘੜ ਪਾਂਡੇ ਇੱਟਾਂ ਕੀਆਂ, ਜਲਦੀ ਕਰੇ ਪੁਕਾਰ, ਜਲ ਜਲ ਰਹੂਗਾ ਪੱਪਾ ਪੁੜੀ, ਚੜ ਚੜ ਪਵੇ ਅੰਗਿਆਰ। ਬਾਬਾ ਜੀ ਨੇ ਉਹਨਾਂ ਦੇ ਇਸਲਾਮਿਕ ਸਕੂਲ ਆਫ ਥਾਟ ਦਾ ਠੱਠਾ ਨਹੀਂ ਕੀਤਾ, ਬਾਬਾ ਜੀ ਨੇ ਉਹਨਾਂ ਨੂੰ ਸਵਾਲ ਕੀਤਾ, ਬਾਬਾ ਜੀ ਕਹਿੰਦੇ ਕੀ ਕਰ ਰਹੇ ਹੋ? ਜਦੋਂ ਕਹਿੰਦੇ ਹੋ ਵੀ ਇਹ ਮਿੱਟੀ, ਮਤਲਬ ਹੈ ਤਾਂ ਮਿੱਟੀ ਹੈ, ਮਿੱਟੀ 'ਚ ਦਬਾ ਦਿੱਤੀ, ਐਟ ਦਾ ਐਂਡ ਮਿੱਟੀ 'ਤੇ ਮਿੱਟੀ ਹੈ, ਇਹਨੂੰ ਜਲਾ ਦਿਓ, ਸਾੜ ਦਿਓ, ਦੱਬ ਦਿਓ, ਕੀ ਫਰਕ ਪਏਗਾ? ਉਹ ਕਹਿੰਦੇ ਨਹੀਂ ਜੀ, ਜਲਾਇਆ ਨਾ ਇਹ ਫਿਰ ਰੂਹ ਜਿਹੜੀ ਹੈ ਬਹੁਤ ਤੰਗ ਹੋਏਗੀ, ਇਸ ਨੂੰ ਕਿਹਾ ਗਿਆ ਇਹ ਮੌਤ ਹੈਰਾਨ ਹੋ ਜਾਏਗੀ, ਕਿਉਂਕਿ ਇੱਕ ਦਿਨ ਇਹਦੇ ਜਿਹੜੀ ਰੂਹ ਹੈ ਉਹਨੇ ਉੱਠਣਾ ਹੈ, ਅਤੇ ਫਿਰ ਉਹ ਸਾਰੇ ਕਾਸੇ ਨੂੰ ਦੁਬਾਰਾ ਜੋੜ ਲਏਗਾ, ਕਿਉਂਕਿ ਮਿੱਟੀ ਉਵੇਂ ਪਈ ਰਹਿਣੀ ਚਾਹੀਦੀ, ਉਹਨੂੰ ਜੋੜਨਾ ਦੁਬਾਰਾ। ਇਹਦੇ ਉੱਤੇ ਤੁਸੀਂ ਮਾਇਆ ਜਿਹੜੀ ਸਿਵਿਲਾਈਜੇਸ਼ਨ ਆ ਲੈਟਿਨ ਅਮੈਰੀਕਨਸ ਦੀ, ਉਹ ਤੁਸੀਂ ਦੇਖੋਗੇ, ਪੜ੍ਹੋਗੇ, ਉਹਨਾਂ 'ਚ ਬਹੁਤ ਸਾਰੀਆਂ ਮੂਵੀਜ਼ ਹੈਗੀਆਂ, ਕਿਡਸ ਮੂਵੀਜ਼, ਬਹੁਤ ਆਈ ਫੋਰਗੈਟ ਦ ਨੇਮਸ, ਐਕਚੁਲੀ ਬਹੁਤ ਸੋਹਣੀਆਂ, ਉਹ 'ਚੋਂ ਸਾਰਾ ਕੋਨਸੈਪਟ ਇੰਟਰਟੇਨਮੈਂਟ ਵੇ ਨਾਲ ਲਿਆਂਦਾ ਗਿਆ। ਪਰ ਜਦੋਂ ਹੁਣ ਆਪਾਂ ਦੇਖਦੇ ਹਾਂ ਅੱਜ ਦੇ ਦੌਰ ਦੇ ਵਿੱਚ, ਇੱਕ ਅਮੈਰੀਕਨ ਸਾਈਕੈਟ੍ਰਿਸਟ, ਉਹ ਲੋਕਾਂ ਦਾ ਟ੍ਰੀਟਮੈਂਟ ਕਰਦਾ ਸਾਈਕੋਲੋਜੀਕਲ ਸਾਈਡ ਤੋਂ, ਅਤੇ ਉਹਨਾਂ ਦੇ ਮਤਲਬ ਸਪੋਜ਼ ਕਰੋ ਨਾ, ਆਪਾਂ ਹੁਣ ਮੈਂਟਲ ਹੈਲਥ 'ਚ ਦੇਖਦੇ ਹਾਂ, ਦੋ ਪਲ ਮੇਰੇ ਨਾਲ ਰਿਹੋ, ਔਖਾ ਹੁੰਦਾ ਕਈ ਵਾਰੀ ਚੀਜ਼ਾਂ ਨੂੰ, ਪਰ ਮੇਰੀ ਵੀ ਬੜੀ ਐਫਰਟ ਹੁੰਦੀ ਵੀ ਚੀਜ਼ ਸਿੰਪਲ ਵੇ ਨਾਲ ਯੂ ਕੈਨ ਗ੍ਰੈਬ ਇਟ, ਸੋ ਦੈਟਸ ਵਾਈ ਆਈ ਪੁੱਟ ਸਮ ਐਗਜ਼ਾਮਪਲਸ ਓਵਰ ਹੇਅਰ। ਉਹ 'ਚ ਕੀ ਹੋਇਆ ਕਿ ਹੁਣ ਸਪੋਜ਼ ਕਰੋ ਬੰਦਾ ਕਹਿੰਦਾ ਮੈਂ ਨਾ ਨੀਂਦ ਨਹੀਂ ਆਉਂਦੀ ਰਾਤ ਨੂੰ, ਕਾਊਂਸਲਰ ਪਤਾ ਕੀ ਪੁੱਛੇਗਾ? ਪਹਿਲਾ ਸਵਾਲ ਹੋਏਗਾ ਕਦੋਂ ਤੂੰ ਨੀਂਦ ਨਹੀਂ ਆ ਰਹੀ, ਦੈਟ ਵੁੱਡ ਬੀ ਦਾ ਫਸਟ ਕੁਐਸਚਨ, ਨੀਂਦ ਕਦੋਂ ਤੋਂ ਨਹੀਂ ਆ ਰਹੀ, ਤਾਂ ਕਿ ਮੈਪ ਕੀਤਾ ਜਾ ਸਕੇ ਜਦੋਂ ਨੀਂਦ ਨਹੀਂ ਆ ਰਹੀ ਉਸ ਸਮੇਂ ਤੋਂ ਅਸੀਂ ਪ੍ਰੋਪਰ ਦੇਖਾਂਗੇ ਸਾਰੀ ਸਿਚੁਏਸ਼ਨ। ਓਕੇ, ਬੰਦਾ ਕਹਿੰਦਾ ਆਈ ਹੈਵ
ਨਾਈਟਮੇਅਰਸ, ਬੈਡ ਡ੍ਰੀਮਸ। ਠੀਕ ਹੈ ਜੀ, ਇਹ ਬੈਡ ਡ੍ਰੀਮਸ ਕਦੋਂ ਤੋਂ ਆ ਰਹੇ, ਇੱਥੋਂ ਗੱਲ ਸ਼ੁਰੂ ਕਰਾਂਗੇ। ਜਿਹੜਾ ਸਾਈਕੋ ਅਨਾਲਿਸਿਸ ਆ ਸਿਗਮੰਡ ਫਰਾਇਡ, ਜਿਸ ਨੇ ਵੈਸਟ ਦੇ ਵਿੱਚ ਜਿਹੜੀ ਮਨੋਵਿਗਿਆਨ ਨੂੰ ਪੈਦਾ ਕੀਤਾ ਹੈ, ਉਹਦੀ ਪਹਿਲਾ ਜਿਹੜਾ ਕਿਤਾਬਚਾ ਸੀਗਾ ਉਹਦਾ ਨਾਂ ਹੀ ਡ੍ਰੀਮ ਇੰਟਰਪ੍ਰੀਟੇਸ਼ਨ ਸੀ। ਸੁਪਨਿਆਂ ਦੀ ਜਿਹੜੀ ਤਰਜਮਾਨੀ ਕੀਤੀ ਸੀ ਉਸਨੇ, ਕਿਉਂਕਿ ਜੇ ਜਿਹੜੀ ਤੁਹਾਡੀ ਅਸਲ ਹੈਲਥ ਆ ਉਹ ਤੁਹਾਨੂੰ ਸੁਪਨਿਆਂ ਦੇ ਵਿੱਚੋਂ ਪਤਾ ਲੱਗੇ ਕਿੱਥੇ ਚੱਲਦੀ ਹੈ। ਲੋਕ ਸੁਪਨੇ ਸੁਣਾਉਂਦੇ ਆ ਕੇ, ਇਹ ਡਾਕਟਰ ਜਿਹੜਾ ਸਾਈਕੈਟ੍ਰਿਸਟ ਦੀ ਗੱਲ ਕਰਨ ਲੱਗਿਆ, ਇਹ ਪਿਓਰ ਕ੍ਰਿਸਚਨ ਸਕੂਲ ਆਫ ਥੋਟ 'ਚ ਆਉਂਦਾ। ਇਹ ਕਹਿੰਦਾ ਦੇਰ ਇਜ਼ ਨੋ ਰੀਇਨਕਾਰਨੇਸ਼ਨ ਐਟ ਆਲ, ਫੋਰਗੈਟ ਅਬਾਊਟ ਇਟ, ਬਿਕੋਜ਼ ਰਿਲੀਜੀਅਸ ਬੁੱਕ ਇਜ਼ ਸੈਲਿੰਗ ਇਟਸ ਨੋਟ ਦੇਅਰ, ਸੋ ਵਾਈ ਵੀ ਸ਼ੁੱਡ ਬਿਲੀਵ ਇਨ ਦੈਟ। ਲੋਕ ਆ ਕੇ ਕਹਾਣੀਆਂ ਸੁਣਾਉਂਦੇ ਨੂੰ, ਸੁਪਨੇ ਸੁਣਾਉਂਦੇ ਆਪਣੇ, ਉਹ ਕਹਿੰਦਾ ਇਹ ਅਜੀਬ ਹਾਲਤ ਹੈ, ਇਹ ਤਾਂ ਬੜੀ ਦੂਰ ਆ। ਉਹਨੇ ਲੋਕਾਂ ਦੇ ਸੁਪਨੇ ਸੁਣਨੇ ਸ਼ੁਰੂ ਕੀਤੇ, ਪਤਾ ਲੱਗਾ ਇਸ ਇਕੱਲੀ ਇਸ ਸਮੇਂ ਦੀ ਤਾਂ ਕਹਾਣੀ ਹੈ ਨਹੀਂ, ਕਿ ਪਿੱਛੋਂ ਕਹਾਣੀ ਤੁਰੀ ਜਾਂਦੀ ਕੋਈ। ਬਹੁਤ ਸਾਰੇ ਡ੍ਰੀਮ ਦੀਆਂ ਕਿਤਾਬਾਂ, ਇੱਕ ਦੋ ਮੈਂ ਤੁਹਾਡੇ ਸਾਹਮਣੇ ਬਿਆਨ ਕਰਕੇ ਬਸ ਦੋ ਮਿੰਟ 'ਚ ਡਨ ਕਰ ਦੇਣਾ, ਇੱਥੋਂ ਹੀ ਗੱਲ ਕਰਨ ਨੂੰ ਸ਼ੁਰੂ ਕਰ ਲਾਂਗੇ, ਕਿਉਂਕਿ ਅੱਜ ਮੇਰੀ ਅੱਜ ਰਾਏ ਸੀਗੀ ਗਾਵੈ ਕੋ ਕੰਪਲੀਟ ਕਰਦੀ ਹੈ, ਪਰ ਸੋਰੀ ਸਿਰਫ ਟੂਕ ਮਾਤਰ। ਉਹ ਜੇ ਇੱਕ ਮਰੀਜ਼ ਆਉਂਦਾ ਉਹਦੇ ਕੋਲ, ਉਹ ਕਹਿੰਦਾ ਇੱਕ ਨਾ ਗੁਫਾ ਆ, ਅਤੇ ਉਸ ਗੁਫਾ ਦੇ ਵਿੱਚ ਬਹੁਤ ਸਾਰੇ ਪੱਥਰ ਪਏ ਨੇ, ਇੱਕਦਮ ਗੁਫਾ ਦੇ ਵਿੱਚ ਕੋਈ ਵਬਾ ਸਿਕਨੈਸ ਉਹ ਫੈਲਦੀ ਹੈ, ਸਾਰੇ ਪੱਥਰ ਉਹਦੀ ਜੱਦ 'ਚ ਆ ਜਾਂਦੇ ਨੇ। ਜਦੋਂ ਗੁਰੂ ਸਾਹਿਬ ਦੀ ਬਾਣੀ ਪੜ੍ਹਦੇ ਹੋ ਨਾ ਮਹਾਰਾਜ, ਕਹਿੰਦੇ ਕਈ ਜਨਮ ਸੈਲ ਗਿਰ ਕਰਿਆ, ਇਹ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਹਾ, ਕਈ ਜਨਮ ਹੈ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ। ਮਤਲਬ ਇੱਕ ਕਹਾਣੀ ਚੱਲੀ ਆਉਂਦੀ ਪੂਰੀ ਦੀ ਪੂਰੀ। ਉਹ ਹੋਇਆ ਕਿ ਉਹ ਕਹਿੰਦਾ ਪੱਥਰ ਹੈ, ਅਤੇ ਪੱਥਰਾਂ ਵਿੱਚ ਇੱਕ ਵਬਾਹ ਫੈਲਦੀ ਹੈ, ਉੱਥੇ ਜਿਹੜਾ ਪੱਥਰ ਹੈ ਨਾ ਉਹ ਜਦੋਂ ਬਿਮਾਰੀ ਫੈਲਦੀ ਹੈ ਵੱਡੇ ਪੱਧਰ 'ਤੇ, ਉਹ ਪੱਥਰ ਉਹ ਗੁਫਾ ਤੋਂ ਬਾਹਰ ਨਿਕਲਣਾ ਚਾਹੁੰਦਾ ਹੈ। ਉਹ ਬੜੀ ਕਸ਼ਮਕਸ਼ ਵਿੱਚ ਆ, ਅਜੇ ਉਹ ਕਸ਼ਮਕਸ਼ ਕਰ ਰਿਹਾ, ਬਾਹਰ ਨਿਕਲ ਨਹੀਂ ਸਕਦਾ, ਗੁਫਾ ਦਾ ਦਰਵਾਜ਼ਾ ਬੰਦ ਹੋਣਾ ਸ਼ੁਰੂ ਹੋ ਜਾਂਦਾ। ਕਹਿੰਦਾ ਕਦਮ ਉਹ ਪੱਥਰ ਚੀਕਾਂ ਮਾਰਦਾ, ਅਤੇ ਉਹ ਜੋ ਸ਼ਖਸ ਇੱਕ ਸੁਪਨਾ ਸੁਣਾ ਰਿਹਾ ਹੈ ਉਹ ਕਹਿੰਦਾ ਦੈਟ ਇਜ਼ ਮਾਈ ਡ੍ਰੀਮ, ਐਂਡ ਕੰਸਿਸਟੈਂਟਲੀ ਆਈ ਐਮ ਐਕਚੁਲੀ ਹੈਵਿੰਗ ਦਿਸ ਡ੍ਰੀਮ ਫਰੋਮ ਮਾਈ ਚਾਈਲਡਹੁੱਡ ਟਾਈਮ, ਐਂਡ ਸਟਿਲ ਆਈ ਹੈਵ ਇਟ, ਅਤੇ ਉਸ ਤੋਂ ਬਾਅਦ ਮੈਂ ਯੈਲ ਕਰਦਾ ਹੋਇਆ ਉੱਠ ਜਾਂਦਾ ਵਾਂ, ਅਤੇ ਮੈਨੂੰ ਪਤਾ ਨਹੀਂ ਲੱਗਦਾ ਕੀ ਹੁੰਦਾ। ਉਹ ਕਹਿੰਦਾ ਇਹ ਸੁਪਨਾ ਕੋਈ ਪਿੱਛੋਂ ਤੁਰਿਆ ਹੁੰਦਾ, ਤੇਰੇ ਫਾਈਬਰ ਦੇ ਨਾਲ ਆਇਆ। ਇਹ ਮੈਨੀ ਲਾਈਵਸ ਮੈਨੀ ਮਾਸਟਰਸ, ਇਹ ਸਫ਼ਰ ਆ ਪਿੱਛੋਂ ਤੁਰਿਆ ਹੁੰਦਾ, ਅੱਗੇ ਚੱਲ ਰਿਹਾ। ਫਿਰ ਮੈਂ ਬੇਨਤੀ ਕਰਾਂ ਤੁਹਾਨੂੰ, ਇਹ ਤਰਕ, ਤੁਹਾਨੂੰ ਇਹ ਦਲੀਲ, ਤੁਹਾਨੂੰ ਇਹ ਲੌਜਿਕ ਅਪੀਲ ਨਾ ਕਰੇ, ਇਟਸ ਓਕੇ। ਤੁਸੀਂ ਕਿਸੇ ਵਿਦਿਆ ਵਿਖਮ ਵਿਚਾਰ, ਤੁਸੀਂ ਕਿਸੇ ਹੋਰ ਡਾਇਰੈਕਟ ਸਕੂਲ ਆਫ ਥੋਟ 'ਚ ਉਤਰੋ, ਪਰ ਜਿਹੜਾ ਬਾਬਾ ਜੀ ਦਾ ਬਚਨ ਹੈ ਗਾਵੈ ਕੋ ਜੀ ਲੈ, ਉਹ ਜਿੰਦ ਲੈ ਵੀ ਲੈਂਦਾ, ਉਹ ਜਿੰਦ ਵਾਪਸ ਕਿਸੇ ਸਟਰਕਚਰ 'ਚ ਬਿਲਡ ਕਰਕੇ ਦੇ ਵੀ ਦਿੰਦਾ, ਰੀਇਨਕਾਰਨੇਸ਼ਨ ਦੇ ਵੀ ਸੰਕਲਪ 'ਚ ਲੈ ਆਉਂਦਾ ਨਵਾਂ ਜੀਵਨ। ਉਹਦੇ ਕਈ ਤਰੀਕੇ, ਕੋਈ ਉਹਨੂੰ ਐਵੇਂ ਗਾ ਰਿਹਾ, ਕੋਈ ਉਹ ਸਾਰੇ ਰੰਗ ਵੇਖਦਾ। ਅੱਛਾ, ਕਾਉਂਸਲਰ ਦੇ ਤੌਰ 'ਤੇ ਬਿਆਨ ਕਰਕੇ ਬਾਤ ਖਤਮ ਕਰ ਦਿੰਦਾ। ਚੀਜ਼ਾਂ ਕਈ ਵਾਰੀ ਬਗ ਕਰਦੀਆਂ, ਬੋਦਰ ਕਰਦੀਆਂ। ਜਿੱਦਣ ਇਹ ਸੁਪਨਾ ਕਿਸੇ ਨੂੰ ਸੁਣਾਇਆ, ਕਿਸੇ ਨੇ ਸੁਪਨੇ ਨੂੰ ਸੁਣਿਆ, ਉਹਦੀ ਇੰਟਰਪ੍ਰੀਟੇਸ਼ਨ ਸਹੀ ਰੂਪ 'ਚ ਕਰ ਦਿੱਤੀ, 50% ਇਸ਼ੂ ਚਲਾ ਗਿਆ। ਕਿਉਂ? ਐਟਲੀਸਟ ਕਿਸੇ ਨੇ ਮੈਨੂੰ ਸਮਝ ਲਿਆ। ਆਹ ਪਹਿਲਾ ਟ੍ਰੀਟਮੈਂਟ ਹੁੰਦਾ ਬੰਦੇ ਦਾ। ਜਦੋਂ ਕੋਈ ਗੱਲ ਸੁਣਾਉਂਦਾ ਨਾ, ਤਾਂ ਮੈਂ ਉਹਨੂੰ ਕਹਿੰਦਾ ਸੋਰੀ ਫਰ ਮਾਈ ਵਰਡਸ, ਸ਼ਟ ਯੂਰ ਮਾਊਥ, ਡੋਂਟ ਸੇ ਇਟ। ਕੀ ਪਾਗਲਪਨ ਹੈ, ਐਵੇਂ ਵੀ ਕੁਛ ਕੋਈ ਨਹੀਂ ਹੁੰਦਾ, ਐਵੇਂ ਦਾ ਡਿਪਰੈਸ਼ਨ ਡਿਪਰੈਸ਼ਨ ਕੋਈ ਨਹੀਂ ਹੁੰਦਾ, ਚੁੱਪ ਚੁੱਪ ਚੁੱਪ।
ਪਤਾ ਕੀ ਹੋਇਆ, ਅੰਦਰ ਰਾਏ ਜਾਣੀ ਹੈ, ਮੈਨੂੰ ਕਿਸੇ ਨੇ ਨਹੀਂ ਸੁਣਨਾ, ਬਿਮਾਰੀ ਵੱਧ ਜਾਣੀ। ਖੈਰ ਟਾਈਮ ਹੋ ਗਿਆ, ਪੰਕਤੀਆਂ ਦੋ ਹੀ ਗਾਉਂਦੇ ਹਾਂ ਦੁਬਾਰਾ ਫਿਰ। ਗਾਵੈ ਕੋ ਸਾਜ ਕਰੇ ਤਨਖੇ, ਗਾਵੈ ਕੋ ਜੀ ਲੈ ਫਿਰ ਦੇ, ਇਹਨੂੰ ਇਕੱਠਿਆਂ ਨੂੰ ਗਾ ਕੇ ਆਪਾਂ ਫਿਰ ਫਤਿਹ ਦੀ ਸਾਂਝ ਕਰ ਦਿੰਦੇ ਹਾਂ। ਆਉਂਦੇ ਕੱਲ੍ਹ ਆਪਾਂ ਇੱਥੋਂ ਹੀ ਬਾਤ ਸ਼ੁਰੂ ਕਰਾਂਗੇ। ਪਲੀਜ਼ ਜੇ ਤੁਸੀਂ ਸਾਡਾ ਯੂਟਿਊਬ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਇਟ, ਸ਼ੇਅਰ ਕਰ ਦਿਓ ਇਸਨੂੰ, ਤਾਂ ਕਿ ਇਹ ਬਾਤ ਦੂਰ ਤੱਕ ਪਹੁੰਚ ਸਕੇ ਅਤੇ ਨਾਲ ਦੀ ਨਾਲ ਸਾਡਾ ਜਿਹੜਾ ਮੈਸੇਜ ਆ ਉਹਦਾ ਕੁਝ ਬੈਨੀਫਿਟ ਜਿਹੜਾ ਉਸ ਵਿੱਚ ਸਾਰਿਆਂ ਨੂੰ ਮਿਲ ਸਕੇ। ਸੋ ਆਓ ਬਾਤ ਪਾਈਏ। ਗਾਵੈ ਕੋ ਸਾਜ ਕਰੇ ਤਨਖੇ, ਗਾਵੈ ਕੋ ਜੀ ਲੈ ਫਿਰ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ